ਦਵਾਵਾਂ ਕਰਿਓ ਕਿ ਆਪਣਾ ਭਰਾ ਇੰਜ ਹੀ ਸਾਡਾ ਜਿਹੜਾ ਮਨੋਰੰਜਨ ਕਰਦਾ ਰਵੇ, ਜੁਗ ਜੁਗ ਜੀ ਵੀਰਾ, ਮਾਲਕ ਤੈਨੂੰ ਲੰਮੀ ਉਮਰਾਂ ਬਖਸ਼ੇ। ਲਓ ਸਾਹਮਣੇ ਤੇਜਪਾਲ ਸੁਰ ਸਿੰਘ ਵਾਲਾ ਆ ਗਿਆ, ਕਦੇ ਰੰਮੀ ਦੀ ਕਬੱਡੀ ਦੇ ਨਾਲ ਜੁੜਦੇ ਆ ਚਾਰ ਜਾਤੀਆਂ ਦੇ ਵਿੱਚ। ਉਹ ਸਾਹਮਣੇ ਹਰਪਾਲ ਕਲਵਾਂ ਦਾ ਨਾਲ ਅੰਗਰੇਜ਼ ਤਾਜੇ ਚੱਕ ਵਾਲਾ ਆ, ਇਹ ਸਾਹਮਣੇ ਮੁੰਡਾ ਹਰਪਾਲ ਕਲਵਾਂ ਵਾਲਾ ਜੂਕੇ ਦੇ ਵਿੱਚ ਮੁੰਡੇ ਨੇ ਬੱਲੇ ਬੱਲੇ ਕਰਾਈ ਆ, ਤਲੇ ਤੁਲ ਗਿਲ ਜੂਕੇ ਹੋਣਾ ਨੇ। ਵੱਡਾ ਮਾਣ ਦਿੱਤਾ ਇਸ ਮੁੰਡੇ ਨੇ। ਆ ਮੁੰਡਾ ਛੋਟੀ ਉਮਰ ਦੇ ਵਿੱਚ ਵੱਡੀਆਂ ਪਲਾਂਘਾਂ ਟੁੱਟ ਗਿਆ, ਵੱਡੇ ਵੱਡੇ ਪ੍ਰਮੋਟਰਾਂ ਦੀ ਇਸ ਮੁੰਡੇ ਤੇ ਹੁਣ ਨਿਗਾਹ। ਤੇਜਪਾਲ ਸਿੰਘ ਸੁਰ ਸਿੰਘ ਦੀ ਧਰਤੀ ਦਾ ਮਲੇਸ਼ੀਆ ਦੇ ਕੁਆਲਾਲੰਪੁਰ ਦੇ ਵਿੱਚ ਇੱਕ ਕਲਾਂਘ ਦੇ ਵਿੱਚ ਬੱਲੇ ਬੱਲੇ ਕਰਾਇਆ ਹੈ। ਆਓ ਦੇਖਾਂਗੇ ਇਧਰਲੀ ਸਾਈਡ ਤੇਜਪਾਲ ਸਿੰਘ ਦੀ ਕਬੱਡੀ ਹੈ। ਬੰਟੀ ਤਿਆਰ ਹੈ ਪਰ ਮੰਨਾ ਗੁੱਜੇ ਪੀਰ ਵਾਲਾ ਇਹ ਯੂਆਈ ਦੁਬਈ ਦੀ ਧਰਤੀ ਤੋਂ ਟਰਾਲਾ ਚਲਾਉਂਦਾ ਚਲਾਉਂਦਾ ਫਿਰ ਕਬੱਡੀ ਦੇ ਨਾਲ ਇਸ਼ਕ ਕਰਕੇ ਵਾਪਸ ਮੁੜਿਆ। ਨੌਜਵਾਨ ਕੋਸ਼ਿਸ਼ ਕਰਦਾ ਖੇਡ ਦੇ ਮੈਦਾਨ ਦੇ ਵਿੱਚ। ਮੈਂ ਜਿਹੜਾ ਰੇਡਰ ਨੇ ਜੋੜ ਦਿੱਤਾ ਮਿਲਖਾ ਜੀ ਸਾਡੇ ਹਰਮਨ ਮਾਨ ਜੀ ਆਸਟ੍ਰੇਲੀਆ ਤੋਂ, ਪ੍ਰਦੀਪ ਮਾਨ ਜੀ ਆਸਟ੍ਰੇਲੀਆ ਤੋਂ ਆਖਦੇ ਇਸ ਮੈਚ ਦਾ ਜਿਹੜਾ ਖਿਡਾਰੀ ਪਹਿਲਾਂ ਜੱਫਾ ਲਾਵੇਗਾ ਤੇ 500 ਦੇ ਵੱਡੇ ਮਾਨ ਸਨਮਾਨ ਹੋਣਗੇ। ਲਓ ਫੌਜੀ ਇਧਰਲੀ ਸਾਈਡ ਦੇਖਦੇ, ਫੱਗੂਵਾਲ ਪਿੰਡ ਹੈ ਸਰਸੇ ਵਾਲਾ, ਉਹ 51,000 ਯੂਕੇ ਵਾਲੇ ਭਰਾ ਕਹਿੰਦੇ 18 ਤਰੀਕ ਨੂੰ ਵੱਡੇ ਟੂਰਨਾਮੈਂਟ ਤੇ ਦਿੱਤਾ ਜਾਣਾ। ਪਰ ਸਾਹਮਣੇ ਦੇਖਦੇ ਹਾਂ ਕਿਹੜਾ ਫੌਜੀ ਨੇ ਆਪਣੀ ਟੀਮ ਦੇ ਖਾਤੇ ਜੋੜ ਦਿੱਤਾ ਬਿੱਕੇ ਦੀ ਕਬੱਡੀ ਦੀ ਕਬੱਡੀ ਦੇ ਨਾਲ ਜੋੜਦੇ ਆ। ਸਿੱਖੀ ਸਾਂਭੀ ਹੋਈ ਅੱਜ ਸੰਭਾਲਣ ਦੀ ਜ਼ਰੂਰਤ ਹੈ, ਪੂਰਾ ਵੀ ਸੰਭਾਲਣਾ ਪੈਣਾ, ਜੂਰਾ ਵੀ ਸੰਭਾਲਣਾ ਪੈਣਾ। ਲਓ ਸਾਹਮਣੇ ਚਾਰ ਜਾਥੀਆਂ ਦੇ ਵਿੱਚ ਹਰਜੇ ਪਾਸੇ ਹਰਜੇ ਪਾਸੇ, ਹਾਂ ਮੰਨਾ ਕਹਿੰਦੇ ਗੁੱਜੇ ਪੀਰ ਵਾਲਾ ਟਰਾਈਆਂ ਕਰਦਾ ਟਮਾਟੋ, ਫਿਰੰਦੀ ਪੀ ਗੋਪੀ ਦੇ ਖਾਤੇ ਜੁੜ ਗਿਆ। ਆ ਪਿੰਦਾ ਮਿਆਦੀਆਂ ਵਾਲਾ ਜਿੱਥੇ ਤੇ ਮਹਿੰਦੀ ਨੇ ਕਬੱਡੀ ਖੇਡੀ ਆ, ਸੰਦੀਪ ਨੇ ਕਬੱਡੀ ਖੇਡੀ ਆ, ਫਿਰੰਦੀ ਪੀ ਗੋਪੀ ਦਾ ਹਰ ਜੱਥਾ, ਰਵੀ ਬਾਠ ਨੇ 500 ਦਾ ਕਰ ਦਿੱਤਾ। ਕਿ ਜਿੰਨੇ ਖੁੱਲੇ ਮਿੱਤਰਾਂ ਦੇ ਖਰਚੇ ਉਹਨਾਂ ਖੁੱਲਾ ਰੱਬ ਸਾਨੂੰ ਦੇਈ ਜਾਂਦਾ। ਸਿੰਘਾਪੁਰੀਆ ਰਵੀ ਕਹਿੰਦਾ ਫਰੰਦੀ ਪੁਰੀਏ ਗੋਪੀ ਨੂੰ ਕਹਿ ਜੱਫੇ ਗਿਣ ਗਿਣ ਕੇ ਦੱਸੀ ਜਾਏ। ਹਰ ਜੱਫੇ ਤੇ 51,100 ਦਿੱਤਾ ਜਾਣਾ, ਤਾੜੀਆਂ ਮਾਰ ਦਿਓ ਜ਼ੋਰਦਾਰ। ਨਾ ਦੇਖਾਂਗੇ ਇਧਰਲੀ ਸਾਈਡ ਘੋੜਾ ਕਬੱਡੀ ਪਾ ਰਿਹਾ, ਘੋੜੇ ਦੀ ਰੇਡ ਹੈ ਬੁੱਲੇ ਨੰਗਲ ਵਾਲਾ ਨੌਜਵਾਨ, ਸਿਰੇ ਦਾ ਨੰਬਰ ਆਪਣੀ ਟੀਮ ਦੇ ਖਾਤੇ ਜੋੜ ਚੁੱਕੇ ਹੈ। ਗੁੰਦਿਆ ਸਰੀਰ ਹੈ ਦਾ, ਚਮਿੰਡਾ ਪਿੰਡ ਹੈ ਨੌਜਵਾਨ ਦਾ, ਕਾਲੀ ਲੋਕੋਗੇ ਦਾ ਹਰ ਜੱਫਾ ਜਿਹੜਾ 500 ਦਾ ਹੈ, ਗੁਰਭੇਜ 62 ਅਮਰੀਕਾ ਤੇ ਹਰਪ੍ਰੀਤ 62 ਅਮਰੀਕਾ, ਉਹਨਾਂ ਵੱਲੋਂ ਫਰੰਦੀ ਪ੍ਰੀ ਗੋਪੀ ਦਾ ਹਰ ਜੱਫਾ 500 ਦਾ। ਲਓ ਦੇਖਾਂਗੇ ਸਾਹਮਣੇ ਦੀ ਕਬੱਡੀ ਪੈ ਰਹੀ ਹੈ। ਉਧਰ ਜਿੰਦਾ ਪਹਿਲੇ ਵਾਲਾ ਯਾਰਾਂ ਦਾ ਯਾਰ ਆ ਗਿਆ ਭਰਾ ਦਾ ਧੰਨਵਾਦ। ਲਓ ਕਬੱਡੀ ਦੀ ਗੱਲ ਕਰਦੇ ਹਾਂ, ਸਾਹਮਣੇ ਖੜਜੋ ਪਾਸੇ ਉਹ ਟੱਕਰ ਸਾਹਮਣੇ ਬੱਲੇ ਬੱਲੇ ਹੋ ਗਈ ਹੈ। ਰਸੂਲਪੁਰ ਵੱਲੋਂ ਤਾਰੀ ਕੱਟ ਕੇ ਲਾ ਦੇ ਮੁੰਡਾ ਹਰਪਾਲ ਕਾਲਮਾ ਵਾਲਾ, ਉਹ ਜਿਹਨੇ ਸਾਹਮਣੇ ਨੂੰ ਟਾ ਲਿਆ, ਉਹ ਸਾਹਮਣੇ ਨੂੰ ਟਾ ਕੇ ਲੱਖੇ ਕੋੜ ਦਾ ਜੱਫਾ ਜਿਹੜਾ 500 ਦਾ ਹੋਵੇਗਾ। ਲਓ ਸ਼ੇਰਾ ਕਬੱਡੀ ਪਾ ਰਿਹਾ ਤੇ ਟੱਕਰ ਪਿੱਟੂ ਬਾਠ ਉਹਨਾਂ ਨੇ ਆਖਿਆ, ਆਹੀ ਕਾਲੀ ਹੈ ਬਾਠ ਸਾਹਿਬ ਜੀ, ਕੱਢੀਏ 500 ਦੇਈਏ ਆਪਾਂ ਬੱਬੂ ਬਾਠ ਉਹਨਾਂ ਦਾ। ਬਹੁਤ ਬਹੁਤ ਧੰਨਵਾਦ ਇਸ ਮੈਚ ਦਾ। ਜਿਹੜਾ ਮੈਚ ਦਾ ਪਹਿਲਾ ਜੱਫਾ ਲੱਗਾ ਸੀਗਾ ਹਰਮਨ ਭਰਾ ਉਹਨਾਂ ਵੱਲੋਂ, ਬਿੱਟੂ ਵੀਰ ਉਹਨਾਂ ਵੱਲੋਂ ਤੇ ਨਾਲ ਪ੍ਰਦੀਪ ਆਸਟ੍ਰੇਲੀਆ ਵੱਲੋਂ ਆਇਆ। ਲਓ ਦੇਖਾਂਗੇ ਕਬੱਡੀ ਜਿਹੜੀ ਪਾ ਦਿੱਤੀ ਹੈ ਨੌਜਵਾਨ ਨੇ ਖੇਡ ਮੈਦਾਨ ਦੇ ਵਿੱਚ, ਪਰ ਮੂਹਰੇ ਕੌਣ ਹੋ ਗਿਆ ਹੈ, ਹਰਪਾਲ ਹੈ
ਇਹ ਕਾਲਵਾਂ ਦੀ ਧਰਤੀ ਦੇ ਇੰਗਲੈਂਡ ਵਿੱਚ ਖੇਡਾ ਹੈ ਕਿ ਰੂਹ ਰੋਂਦੀ ਹੋਣੀ ਰਾਜੇ ਰਣਜੀਤ ਦੀ ਲੰਡਨ ਚ ਪਿਆ ਸਾਡਾ ਤਾਜ ਵੇਖ ਕੇ ਹੱਥ ਨੇ ਸਵੇਰੇ ਸਾਲੀ ਅੱਗ ਲੱਗਦੀ ਆ ਰੀਲਾਂ ਤੇ ਨੱਚਦਾ ਪੰਜਾਬ ਦੇਖ ਕੇ ਆ ਰੀਲਾਂ ਤੇ ਨੱਚਦਾ ਪੰਜਾਬ ਦੇਖ ਕੇ ਗਿੱਲ ਕਲੇਰ ਪਿੰਡ ਵਾਲਾ ਗੁਰਦੇਵ ਸਿੰਘ ਵਧਿਆ ਹੋਇਆ ਮੰਨਿਆ ਹੋ ਵੀ ਸਾਹਮਣੇ ਆਖ ਬੰਟੀ ਨੂੰ ਆਖ ਰਾਣੇ ਨੂੰ ਫਿਰ ਇਕਲੀ ਸੈਡ ਕਾਲੀ ਕੋਸ਼ਿਸ਼ ਕਰਦਾ ਲੋਕੋ ਕੇ ਪਿੰਡ ਵਾਲਾ ਖੇਡਦੇ ਮੈਦਾਨ ਦੇ ਵਿੱਚ ਪਰ ਗੁਰਦੇਵ ਨੇ ਨੰਬਰ ਜੋੜਿਆ ਗੁਰਦੇਵ ਨੇ ਬੱਲੇ ਬੱਲੇ ਕਰਾ ਦਿੱਤੀ ਆ ਰੂਪਾ ਗਰੇਵਾਲ ਕਹਿੰਦਾ ਫਰੰਦੂਪੁਰ ਸਾਹਿਬ 500 ਪਲੱਸ ਸਰਬ ਸੰਧੂ ਕਹਿੰਦਾ ਮੇਰੇ ਵੱਲੋਂ ਕਰ ਦਿਓ ਤੁਹਾਡਾ ਜੱਟਾ 5600 ਦਾ ਇੱਧਰ ਫੇਰ ਹਰਪਾਲ ਕਾਲਵੋ ਵਾਲਾ ਅੱਜ ਹਰਖਿਆ ਫਿਰਦਾ ਅੱਜ ਹਰਖਿਆ ਫਿਰਦਾ ਹਾਥੀ ਪ੍ਰਪੂਸ਼ਣ ਦਿੰਦਾ ਜਾਣੇ ਆਈ ਉੱਤੇ ਆਇਆ ਤਾਂ ਸੁਭਾਗੇ ਉੱਤੇ ਮਾਨ ਨੇ ਹਰਪਾਲ ਨੇ ਬਹਿਜਾ ਬਹਿਜਾ ਕਰਵਾ ਦਿੱਤੀ ਹੈ ਚੋਟੀ ਦਾ ਜੱਫਾ ਲਾ ਦਿੱਤਾ ਹੈ ਤੇਜਪਾਲ ਸਿੰਘ ਕਬੱਡੀ ਪਾ ਰਿਹਾ ਹੈ ਸਾਡੇ ਗੋਲੀ ਕਾਜੀ ਕੋਰ ਜੀ ਉਹ ਐਲਾਨ ਕਰਵਾਉਂਦੇ ਹੈ ਲੱਖੇ ਕੋਟ ਕਰੋੜੀ ਦਾ ਹਰ ਜੱਫਾ ਜਿਹੜਾ 1100 ਦਾ ਹੋਵੇਗਾ ਲੱਖਿਆ ਹੋ ਵੀ ਸਾਹਮਣੇ ਨੌਜਵਾਨ ਹੈ ਦੁਨੀਆ ਤੈਨੂੰ ਪਿਆਰ ਕਰਦੀ ਹੈ ਦੁਨੀਆ ਤੈਨੂੰ ਇਸ਼ਕ ਕਰਦੀ ਹੈ ਨਾਲ ਦੇਖਾਂਗੇ ਇਧਰਲੀ ਸਾਈਡ ਮਲੇਸ਼ੀਆ ਖੇਡਣ ਵਾਲੇ ਨੌਜਵਾਨ ਦੀ ਰੇਡ ਹੈ ਤੇ ਹਰਮਨ ਬਾਠ ਨੇ ਪ੍ਰਦੀਪ ਉਹਨਾਂ ਨੇ ਕਿਹਾ ਕਬੱਡੀ ਦੇ ਆਪਾਂ 500 ਦੇਣਾ ਹੈ ਲੈ ਸਾਹਮਣੇ ਰੰਮੀ ਦੀ ਕਬੱਡੀ ਦੇ ਨਾਲ ਜੁੜਦੇ ਮੁੰਡਾ ਇਹ ਦੂਰੋਂ ਚੱਲ ਕੇ ਆਇਆ ਫਰੰਦੀ ਪੁਰੀਏ ਗੋਪੀ ਦਾ 5600 ਦਾ ਜੱਫਾ ਤੇ ਹਰਪਾਲ ਕਲਮਾ ਵਾਲੇ ਦਾ 1100 ਦਾ ਜੱਫਾ ਆ ਅੰਗਰੇਜ਼ ਤਾਜੇ ਚੱਕ ਵਾਲਾ ਆ ਬੱਲੇ ਬੱਲੇ ਕਰਾ ਗਿਆ ਕੰਮੂ ਫਤਿਹਾਬਾਦ ਵਾਲੇ ਦਾ ਚੇਲਾ ਲਾ ਕੇ ਜੱਫਾ ਲੁੱਟ ਗਿਆ ਮੇਲਾ ਆ ਬਿੱਕਾ ਜਿਹੜੇ ਭਗਵਾ ਪਿੰਡ ਵਾਲਾ ਚਾਰ ਨੇ ਉਹ ਸਾਹਮਣੇ ਟਪਿਆਲੇ ਵਾਲੇ ਫਰੰਦੀ ਪੁਰੀਏ ਗੋਪੀ ਸਿਰਾ ਕਰੀ ਆਉਂਦਾ ਇੱਕ ਪਾਸਾ ਕਰੀ ਆਉਂਦਾ ਲੱਖਿਆ ਜਾਨ ਕਿੰਨੇ ਆ ਮੁੰਡੇ ਦੇ ਵਿੱਚ ਚੱਕ ਕਾਰੇ ਫਿੱਕੇ ਦੇ ਵਿੱਚ ਜਾਨ ਕਿੰਨੀ ਲੋ ਮੁੰਡਾ ਗੁੱਜੇ ਪੀੜੀਆਂ ਪਰ ਪਵਾਰ ਸਾਹਮਣੇ ਸਿੱਖ ਸਰਦਾਰ ਟਿੱਕਾ ਪੱਲੇ ਪੱਲੇ ਕਰਾ ਗਿਆ ਸੁਖਪ੍ਰਿਆ ਜਿੰਦਰ ਭਰਾ ਕਹਿੰਦਾ ਤੇ ਦਵਿੰਦਰ ਗੋਲੀ ਕਾਜੀ ਕੋ ਲੱਖਾਂ ਕੋਟ ਕਰੋੜ ਵਾਲਾ ਜਿੰਨੇ ਜੱਫੇ ਲਾਉਣਾ ਗਿੰਦਰਾ ਉਨੇ 1100 ਤੇ ਜਾਣੇ ਰਸੂਲ ਪ੍ਰਿਆ ਭਰਾ ਕਹਿੰਦਾ ਲਾ ਫੌਜੀ ਇਧਰਲੀ ਸਾਈਡ ਦੇਖਦੇ ਇਹ ਸਰਸੇ ਵਾਲਾ ਫੱਗੂਵਾਲ ਪਿੰਡ ਹੈ ਨੌਜਵਾਨ ਦਾ ਤੇ ਜੱਗੂ ਨਾਲ ਮੁਕਾਬਲਾ ਹੋਇਆ ਪੁਆਇੰਟ ਜਿਹੜਾ ਸਟਾਪਰ ਨੇ ਜੋੜ ਦਿੱਤਾ ਬਿੱਟੂ ਬਾਰ ਜੀ ਸਾਡੇ ਵੱਡੇ ਭਰਾ ਐਲਾਨ ਕਰਵਾਉਂਦੇ ਹੈ ਤੇਜ ਵੀਰ ਸਾਡਾ ਤੇਜਪਾਲ ਸੌਰੀ ਤੇਜਪਾਲ ਦੀਆਂ 3 ਕਬੱਡੀਆਂ ਉਹ 500 ਦੀਆਂ ਆਉਣਗੀਆਂ ਤੇ ਹਰਮਨ ਬਾਠ ਹੋਣਾ ਵੱਲੋਂ 1500 ਦੀਆਂ 500 ਜਿਹੜਾ ਹਰਮਨ ਬਾਠ ਹੋਣਾ ਵੱਲੋਂ ਆਇਆ ਇੱਕ ਜਾਣਾ ਮੇਰੇ ਕੋਲੋਂ ਜ਼ਰੂਰ ਜਿਹੜਾ ਭਿੰਦੇ ਵੀਰ ਜੀ ਆ ਤੇਜਪਾਲ ਦਾ 500 ਮੇਰੇ ਕੋਲੋਂ ਲੈ ਕੇ ਜਾਇਓ ਲਾ ਘੋੜਾ ਕਬੱਡੀ ਪਾ ਰਿਹਾ ਘੋੜੇ ਦੀ ਰੇਡ ਦੂਜੇ ਪੀਰ ਵਾਲਾ ਕੋਸ਼ਿਸ਼ ਕਰਦਾ ਪਵੈਟ ਕਹਿੰਦੇ ਘੋੜੇ ਦੇ ਖਾਤੇ ਇੱਕ ਸੁਰਜਨ ਘੋੜਾ ਤੇ ਗਏ ਅਰਜਨ ਘੋੜਾ ਦੋ ਭਰਾ ਕਬੱਡੀ ਖੇਡਦੇ ਆ ਭਿੰਦੇ ਦੀ ਕਬੱਡੀ ਦੇ ਨਾਲ ਜੁੜਦੇ ਆ ਵੇਖਦੇ ਆ ਮੇਲੇ ਦੇ ਸਵਾਦ ਬੁੱਝ ਗਏ ਆ ਵੇਖਦੇ ਆ ਪ੍ਰਭ ਸੁਰ ਸਿੰਘ ਵਾਲਾ ਪਰ ਅੰਗਰੇਜ਼ ਤਾਜ ਚੱਕ ਵਾਲੇ ਨੇ ਟਰਾਈ ਕੀਤੀ ਸਮਾਂ ਕਬੂਤਰ ਨਹੀਂ ਮੰਨਦਾ ਪਵੈਟ ਰੇਡਰ ਦੇ ਖਾਤੇ ਆ ਆ ਕਹਿੰਦੇ ਸ਼ਹੀਦਾਂ ਸਿੰਘਾਂ ਦੀ ਧਰਤੀ ਤੇ ਮੀਰਾ ਕੋਟ ਪਿੰਡ ਵਾਲਾ ਸ਼ਮਸ਼ੇਰ ਸਿੰਘ ਸ਼ੇਰਾ ਹਰਵਿੰਦਰ ਦਾ ਵੀਰ ਕਬੱਡੀ ਪਾਉਂਦਾ ਪਿਆ ਗੁਰਪਿੰਦਰ ਸਿੰਘ ਦਾ ਪੁੱਤ ਕਬੱਡੀ ਪਾਉਂਦਾ ਪਿਆ ਸਿੱਖ ਇਤਿਹਾਸ ਦੇ ਵਿੱਚ ਜ਼ਿਕਰ ਹੁੰਦਾ ਹੈ ਕਿ ਪੰਜਾਬ ਦੇ ਉਹ ਸੂਰਬੀਰ ਯੋਧਿਆਂ ਨੇ ਮੱਸੇ ਰੰਗੜ ਦੇ ਸਿਰ ਦਾ ਫੁੱਟਬਾਲ ਬਣਾਇਆ ਪਰ ਜਿਨ੍ਹਾਂ ਨੇ ਫੁੱਟਬਾਲ ਬਣਾਇਆ ਸੀਗਾ ਉਹ ਕੌਣ ਸੀਗੇ ਇੱਕ ਭਾਈ
ਭਾਈ ਸਾਹਿਬ ਭਾਈ ਮਹਿਤਾਬ ਸਿੰਘ ਜੀ ਤੇ ਇੱਕ ਭਾਈ ਸੁੱਖਾ ਸਿੰਘ ਜੀ ਜਿਨ੍ਹਾਂ ਦਾ ਕੱਲ ਸਲਾਨਾ ਜੁੜ ਮੇਲਾ ਹੈ ਮਾੜੀ ਕੰਬੋਕੂ ਦੀ ਧਰਤੀ ਤੇ। ਹਾਂਜੀ ਮਿਲਖਾ ਜੀ, ਲੋ ਕਹਿੰਦੇ ਥੋੜੀ ਜਿਹੀ ਸਾਈਡ ਤੇ ਕਲੀ ਵਾਲੀ ਲੈਣ ਛੱਡ ਦਈਏ ਵੀਰੋ, ਕਲੀ ਵਾਲੀ ਲੈਣ ਛੱਡ ਦਈਏ, ਪਈ ਹੋਈ ਕਬੱਡੀ ਸਾਹਮਣੇ ਅੰਗਰੇਜ ਤਾਜੇ ਚੱਕ ਵਾਲਾ ਕੰਮੋ ਫਤਿਆ ਬਾਤ ਵਾਲੇ ਦਾ ਚੇਲਾ, ਵੇਖਦੇ ਆ ਕੀ ਬਣਦਾ ਬੀਤਦਾ ਹੋਇਆ ਸਮਾਂ। ਉਹ ਮੈਨੂੰ ਲੱਗਦਾ ਸਾਡਾ ਫੇਰ ਟਾ ਲਿਆ, ਉਹ ਬਦਾਮਿਆਂ ਨੇ ਫੇਰ ਟਾ ਲਿਆ ਅੰਗਰੇਜ, ਤਾਜੇ ਚੱਕ ਵਾਲਾ ਬੱਲੇ ਬੱਲੇ ਕਰਾ ਗਿਆ ਰਵੀ ਬਾਤ ਆਪਣੇ ਵੱਡਾ ਜੱਥਿਆਂ ਤੇ ਮਾਇਆ ਦਿੰਦਾ ਪਿਆ। ਗੁਰਦੇਵ ਕਹਿੰਦੇ ਕਬੱਡੀ ਪਾਉਣ ਲਈ ਵਧਿਆ, ਮੁੰਡੇ ਨੇ ਸਿੱਖੀ ਰੱਖੀ ਆ, ਮਿਹਨਤ ਬੜੀ ਆ, ਮਾਲਕ ਤਰੱਕੀਆਂ ਬਖਸ਼ੇ। ਇਹ ਕਹਿੰਦੇ ਰੇਡ ਪੈਸੇ ਦੀ ਅਸਰ ਤੇ ਸੰਧੂ ਬੱਲੇ ਜੇ ਜਾਫੀ ਨੇ ਜੱਥਾ ਲਾ ਦਿੱਤਾ। ਇਧਰ ਲਈ ਸਾਇਰ ਦੇਖਾਂਗੇ ਉਹ ਭਾਈ ਰੇੜ ਪਿੰਡ ਵਾਲਾ ਕੋਸ਼ਿਸ਼ ਕਰਦਾ ਬਲਰਾਜ ਸਾਡੇ ਵਿੰਟੇਜ ਹੋਣੀ ਤੇ ਇਟਲੀ ਵਾਲੇ ਭਰਾ ਨਹੀਂ ਆਖਦੇ ਹੈ। ਗੋਪੀ ਦੇ ਜੱਫੇ ਤੇ ਵੱਡੇ ਮਾਨ ਸਨਮਾਨ ਕਰਨੇ, ਜੱਗੂ ਦੇ ਦੋ ਜੱਫੇ ਸਾਡੇ ਆਸਟ੍ਰੇਲੀਆ ਵਾਲੇ ਪ੍ਰਦੀਪ ਹੋਣਾ ਵੱਲੋਂ, ਹਰਮਨ ਬਾਤ ਹੋਣਾ ਵੱਲੋਂ 1000 ਦੇ ਹੋਣਗੇ। ਲਓ ਦੇਖਾਂਗੇ ਕਬੱਡੀ ਪੈ ਚੁੱਕੀ ਹੈ। 5100 ਦਾ ਜੱਫਾ ਰਵੀ ਸਿੰਘਾਪੁਰ ਵੱਲੋਂ 5100 ਦਿੱਤਾ ਜਾਣਾ ਤੇ ਨਾਲ ਸਾਡੇ ਭਰਾ ਇਟਲੀ ਸੈਡ ਵਿੰਟੇਜ ਵਾਲੇ ਬਲਰਾਜ ਹੋਣੀ ਤੇ ਇਟਲੀ ਵਾਲੇ ਭਰਾ ਕਿਆ ਆਖਦੇ ਹੈ, ਉਹਨਾਂ ਵੱਲੋਂ ਵੀ ਮਾਇਆ ਲੱਗੀ ਹੈ। ਆਈਏ ਵੀਰ ਜੀ ਦਈਏ ਆਪਾਂ ਗੋਪੀ ਦੇ ਜੱਫੇ ਤੇ ਜਿਹੜੇ ਮਾਨ ਸਨਮਾਨ ਲੱਗੇ ਨੇ, ਤੇ ਜਿਹੜਾ ਇੱਕ ਹੋਰ ਵੀਰ ਨੇ 500 ਬੁਲਾਇਆ, ਇਧਰ 5100, ਇਧਰ ਰਵੀ ਸਿੰਘਾਪੁਰੀਆਂ ਤੋਂ ਪ੍ਰਾਪਤ ਕਰਿਓ। ਹਰਪ੍ਰੀਤ ਸਿੰਘ ਜੀ 62 ਅਮਰੀਕਾ ਤੇ ਗੁਰਭੇਜ ਸਿੰਘ ਜੀ 62 ਅਮਰੀਕਾ, ਉਹਨਾਂ ਵੱਲੋਂ 500 ਆ ਗਿਆ। 1500 ਦੀ ਪਹਿਲੀ ਰੇਡ ਪੈ ਰਹੀ ਹੈ ਤੇਜਪਾਲ ਸਿੰਘ ਸੁਰ ਸਿੰਘ ਦੀ ਧਰਤੀ ਦਾ, ਤੇ ਗੋਲੀ ਨੇ ਆਖਿਆ ਲੱਖੇ ਨੂੰ 1100 ਦੇਣਾ ਜੇ ਜੱਫਾ ਲੱਗ ਗਿਆ। ਜਿੰਦਰ ਸੁਲਪੁਰੀਆ ਕਹਿੰਦਾ ਆਹ ਦੇਖਾਂਗੇ ਜੇ ਨੰਬਰ ਜਾਫੀ ਦਾ ਹੁੰਦਾ ਤੇ 2500 ਦਾ ਜੇਤੂ ਬਣਨਾ ਸੀਗਾ, 2600 ਦਾ ਜੇਤੂ ਬਣਨਾ ਸੀਗਾ ਨੌਜਵਾਨ ਨੇ, ਪਰ ਅੰਕ ਰੇਡਰ ਨੇ ਜੋੜਿਆ। ਆਹ ਗੁਰੂ ਦਾ ਖਾਲਸਾ ਕਬੱਡੀ ਭਾ ਰਿਹਾ ਹੈ, ਪ੍ਰਭ ਸੰਧੂ ਦੇ ਨਾਲ ਮੁਕਾਬਲਾ, ਚੜ੍ਹਦੀ ਰੇਸ ਮੁੱਠ ਫੁੱਟ ਆ ਬੱਲੇ ਬੱਲੇ ਹੁੰਦੀ ਹੋਈ ਲੱਗਦਾ ਹੋਇਆ ਜੋਰ। ਕਿਆ ਬਾਤ ਹੈ ਵੀ ਨੌਜਵਾਨ ਆ ਮੈਚ ਕਿੱਦਾਂ ਦਾ ਲੱਗਦਾ, ਤਾੜੀਆਂ ਮਾਰ ਕੇ ਤਾੜੀਆਂ ਭਰਾਵਾਂ ਨੇ ਆਪ ਲਾ ਦਿੱਤੀਆਂ। ਮੈਚ ਬਣੇ ਕਿਉਂ ਨਾ ਜਿੱਥੇ ਫਰੰਦੀ ਪੁਰੀਆ ਗੋਪੀ ਆ ਜਾਵੇ। ਆ ਬਿੱਕਾ ਕਹਿੰਦੇ ਭਗਵਾਂ ਪਿੰਡ ਵਾਲਾ ਉਹ ਵੱਡੀ ਇੱਧਰ 500 ਦਾ ਜੱਥਾ ਸਰਬੇ ਸੰਧੂ ਵੱਲੋਂ ਆ ਕਾਲੀ ਹੋ ਮੇਰੇ 500 ਸਰਬੇ ਸੰਧੂ ਵੱਲੋਂ ਦਾ ਵੱਡ ਚੁੰਡੀ ਰਾਣੇ ਲਾਹੌਰੀ ਮਾਲ ਵਾਲੇ ਨੇ ਜਾਂ ਮੰਨੇ ਗੁੱਜੇ ਪੀਰ ਵਾਲੇ ਨੂੰ ਕਹਿ ਦੇ। ਆਪ ਸਾਹਮਣੇ ਪੁਆਇੰਟ ਜਿਹੜਾ ਬਿੱਕੇ ਦੇ ਖਾਤੇ ਯਾਦ ਹੋ ਰਿਹਾ। ਆ ਹੋਸ਼ੀ ਆ ਕਹਿੰਦੇ ਵੈਰੋ ਵਾਲ ਪਿੰਡ ਵਾਲਾ ਬਹਾਦਰ ਆ ਮੇਰਾ ਭਰਾ ਮਾਨੋ ਚੱਲੀਏ ਜੱਗੋ ਹੋਏ ਸਾਡੇ ਭਰਾ ਨੇ ਸਰਬ ਸੰਧੂ ਆਇਆ ਹੋਇਆ। ਇੱਧਰ ਸਾਹਮਣੇ ਹੋਸ਼ੀ ਇਹ ਵੈਰੋ ਵਾਲ ਪਿੰਡ ਵਾਲਾ ਉਹ ਬਿੱਟੂ ਬਾਠ ਦਾ ਮੇਲਾ ਇਹ ਬੱਬੂ ਬਾਠ ਦਾ ਮੇਲਾ ਚਾਰ ਜਾਥੀਆਂ ਦੇ ਵਿੱਚ ਫਿਰੰਦੀ ਪੁਰੀਆ ਉਹ 5600 ਦਾ ਜੱਫਾ। ਇੱਧਰ ਸਾਹਮਣੇ ਸਾਹਮਣੇ ਇਹ ਹਰਪਾਲ ਕਾਦਵਾ ਵਾਲਾ ਉਹ 1100 ਦਾ ਜੱਫਾ ਰਵੀ ਬਾਠ ਵੱਲੋਂ ਹੋਣਾ। ਰਵੀ ਬਾਠ ਵੱਲੋਂ ਕਮਾਂਡ ਜਿਹੜਾ ਹੋਸ਼ੀ ਦੇ ਖਾਤੇ ਆ। ਐ ਵਰਿੰਦਰੇ ਘੋੜਾ ਆ ਗਿਆ ਨਾ ਇਧਰੀ ਸਾਈਡ, ਘੋੜੇ ਨੇ ਧਾਵਾ ਬੋਲਣਾ ਖੇਡ ਦੇ ਮੈਦਾਨ ਦੇ ਵਿੱਚ। ਸੋਨੂੰ ਸਰਪੰਚ ਜੀ ਤੇ ਗੱਗੂ ਸਰਪੰਚ ਜੀਆਂ ਨੇ ਬੜੇ ਵੱਡੇ ਪਿਆਰ ਬਖਸ਼ੇ ਹੈ, ਚੇਚੇ ਤੌਰ ਤੇ ਧੰਨਵਾਦ ਹੈ। ਮੰਨਿਆ ਹੋ ਸਾਹਮਣੇ ਆਖ ਰਾਣੇ ਨੂੰ ਆਖ ਪੰਟੀ ਨੂੰ ਜਾਂ ਆਖ ਕਾਲੀ ਨੂੰ, ਪਰ ਸਾਹਮਣੇ ਇਧਰੀ ਸਾਈਡ ਰਾਣਾ ਪੁੱਠੀ ਦਾ ਮਾਹਿਰ ਖੁਸ਼ੀ ਕਰਦਾ ਹੈ, ਪਰ ਅੰਕੀ ਦਾ ਰੇਡਰ ਨੇ ਜੋੜ ਦਿੱਤਾ ਹੈ। ਪਿੱਤੀ ਵਾਲੇ ਮੰਨੂ ਭਰਾ ਦੀ ਸੌਣ ਲੱਗੀ ਹੈ, 19 ਤਰੀਕੇ ਦੇ ਪਿੰਡ ਦੇ ਵਿੱਚ ਦੁਨੀਆ ਦੇ ਮਹਾਰਥੀ ਭਿੜਨੇ ਹੈ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਸ ਇਲਾਕੇ ਦੀ ਮੰਨੀ ਪਰਮੰਨੀ ਸੌਣ ਹੈ, ਆਓ ਦੇਖਾਂਗੇ ਭਾਈ ਹੁਰੇੜ ਤੇ ਇੱਕੋ ਜੇ ਕੱਦ ਕਾ
ਲਾਠ ਨੇ ਮੁੰਡਿਆਂ ਦੇ, ਰੋਮੀ ਨੇ ਸਿਰੇ ਦਾ ਨੰਬਰ ਜੋੜ ਦਿੱਤਾ, ਸਿਰੇ ਦਾ ਨੰਬਰ ਜੋੜ ਦਿੱਤਾ ਤੇਰੇ ਸਾਹਮਣੇ ਸ਼ੇਰਾ ਮੀਰਾ ਕੋਰ ਦੀ ਕਬੱਡੀ ਜਥੇਦਾਰ ਬਾਬਾ ਪਰਮਜੀਤ ਸਿੰਘ ਪੱਪੂ ਵੱਲੋਂ ਮਾਇਆ ਲੱਗੀ ਹੈ। ਇੱਧਰ ਮੇਰੇ ਵੀਰਾਂ ਨੂੰ ਬੇਨਤੀ ਹੈ ਖੇਡ ਦਾ ਮੈਦਾਨ ਖਾਲੀ ਕਰ ਦਈਏ, ਗਰਾਊਂਡ ਕਲੀਅਰ ਕਰ ਦਿੱਤੀ ਜਾਵੇ ਕਿ ਰੋਂਦੀ ਹੋਈ ਬੇਗਮ ਦੇ ਖੁੱਲ ਕੇ ਵਾਲ ਗਲੇ ਵਿੱਚ ਪੈ ਗਏ ਦੋ ਸਿੰਘ ਸੂਰਮੇ ਜੀ, ਵੱਢ ਕੇ ਸਿਰ ਮੱਸੇ ਦਾ ਲੈ ਗਏ ਦੋ ਸਿੰਘ ਸੂਰਮੇ ਜੀ, ਵੱਢ ਕੇ ਸਿਰ ਮੱਸੇ ਦਾ ਲੈ ਗਏ। ਰਾਈਦਲੀ ਸੈਡ ਫੌਜੀ ਫੱਗੂ ਵਾਲੀਆ ਕਬੱਡੀ ਪਾ ਰਿਹਾ ਜੱਗੂ ਹੋ ਸਾਹਮਣੇ, ਆਖ ਭੋਲੂ ਤਾਜੇ ਚੱਕ ਵਾਲੇ ਨੂੰ, ਆ ਜੱਗੂ ਲੱਗਣ ਨੂੰ ਫਿਰਦਾ ਹੈ, ਹਲਕਾ ਟੱਚ ਹੋਇਆ, ਨੰਬਰ ਰੇਡਰ ਨੇ ਜੋੜ ਦਿੱਤਾ ਹੈ। 7 ਅਕਤੂਬਰ ਹੋਣੀ ਹੈ ਪਿੰਡਿਆ, ਉਹ ਕੱਪ ਆ ਗਿਆ ਜਿਹੜਾ ਫਰੰਦੀਪੁਰੀਏ ਜ਼ਿੰਦਗੀ ਦੀ, ਫਰੰਦੀਪੁਰੀਏ ਗੋਪੀ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਮਾਨ ਸਨਮਾਨ ਲੈ ਕੇ ਆਇਆ ਹੈ। ਫਰੰਦੀਪੁਰ ਦੀ ਧਰਤੀ ਤੇ ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਸਿੰਘ ਜੀ ਦਾ ਯਾਦਗਾਰੀ ਕੱਪ ਹੈ। ਆਹ ਦੇਖਾਂਗੇ ਦਿੱਲੀ ਸੈਂਡ, ਆ ਗੁਰਦੇਵ ਜੀ ਰੇ ਕਬੱਡੀ ਪਾ ਦਿੱਤੀ ਹੈ, ਆ ਕਹਿੰਦੇ ਅੰਗਰੇਜ਼ ਤਾਜੇ ਚੱਕ ਵਾਲਾ ਉਹ ਸਿਰੇ ਦਾ ਜੱਫਾ ਲਾ ਗਿਆ, ਜੇ ਜੱਫਾ ਵਧੀਆ ਲੱਗਾ ਤਾਰੀ ਜ਼ੋਰ ਤੋਂ ਨਹੀਂ ਲਾ ਦੇ। 1500 ਦੀ ਦੂਸਰੀ ਕਬੱਡੀ ਪੈਣ ਜਾ ਰਹੀ ਹੈ ਬਿੱਟੂ ਬਾਟ ਵੱਲੋਂ, 1500 ਦੀ ਮਹਿਫਲ ਰੈਸਟੋਰੈਂਟ ਵਾਲੇ ਭਰਾਵਾਂ ਵੱਲੋਂ ਤੇਜਪਾਲ ਦੀ ਕਬੱਡੀ ਜਿਹੜੀ ਉਹ 1500 ਦੀ ਦੂਸਰੀ ਹੈ, ਤੇ ਹਰਮਨ ਸਾਡੇ ਬਾੜ ਜੀ ਤੇ ਪ੍ਰਦੀਪ ਹੁਣਾਂ ਵੱਲੋਂ ਆਹ ਕਬੱਡੀ 500 ਦੀ ਹੈ। ਆਹ ਦੇਖਾਂਗੇ ਜੇਕਰ ਲੱਖਾਂ ਜੱਫਾ ਲਾਉਂਦਾ ਹੈ ਪਰ ਲੱਖਾਂ ਚੈਨ ਦੇ ਵਿੱਚੋਂ ਬਾਹਰ ਹੈ। ਗੋਲੀ ਕਾਜੀਕੋਟ ਜੀ ਆਖਦੇ ਹੈ 1100 ਦੇ ਵੱਡੇ ਮਾਨ ਸਨਮਾਨ ਨੇ, ਪਰ ਸਾਹਮਣੇ ਇੱਧਰ ਕਾਲੀ ਕੋਸ਼ੀ ਕਰਦਾ ਹੈ, ਨੰਬਰ ਜਿਹੜਾ ਰੇਡਰ ਨੇ ਜੋੜਿਆ ਹੈ। ਤੇ ਗੋਲੀ ਕਾਜੀਕੋਟ ਸਾਡੇ ਵੱਡੇ ਵੀਰ ਵੱਲੋਂ, ਉਹਨਾਂ ਦੇ ਸੱਜਣਾ ਮਿੱਤਰਾਂ ਵੱਲੋਂ ਬੜੇ ਵੱਡੇ ਮਾਨ ਇਹਨਾਂ ਬੁੱਲਾਂ ਤੋਂ ਖੁਸ਼ ਹੋ ਕੇ ਆਏ ਹੈ। ਆਹ ਫਰੰਦੀਪੁਰੀਆ ਤੇ ਪਹਾੜ ਸਿੰਘ, ਫਰੰਦੀਪੁਰੀਆ ਤੇ ਪਹਾੜ ਸਿੰਘ, ਇੱਕ ਪਾਸੇ ਹਿਮਾਲਿਆ ਪਰਬਤ ਹੈ ਪਰ ਮੁੰਡੇ ਦੀ ਖੇਡ ਕਿੱਦਾਂ ਦੀ ਲੱਗੀ ਤੇ ਦੂਜਾ ਨਿਮਰਤਾ ਕਿੱਦਾਂ ਦੀ ਲੱਗੀ, ਤਾਣੀਆਂ ਮਾਰੋ ਜਵਾਨਾਂ ਦੇ ਹਰਮਨ ਆਸਟ੍ਰੇਲੀਆ ਇਹ ਕਿਹੜੇ ਪਿੰਡੋਂ ਆਇਆ ਗੋਪੀ ਨੇ ਮਿਲਖਾ ਜੀ ਕੋਸ਼ਿਸ਼ ਕੀਤੀ ਹੈ ਤੇ ਜਿਹੜੇ ਗੋਪੀ ਦੇ ਪਿੰਡ ਤੋਂ ਆਇਆ, ਜੰਗੀਆਂ ਨੇ ਪਿੰਡ ਤੋਂ ਆਇਆ, ਗੋਪੀ ਭਲਵਾਨ ਦੇ ਪਿੰਡ ਤੋਂ ਆਇਆ, ਇੱਕ ਮਹਾਰਥੀ ਇਹ ਖੇਡ ਰਿਹਾ ਲਾ ਫਿੱਕੇ ਦੀ ਰੇਡ ਤੇ ਨੌਜਵਾਨ ਕੋਸ਼ਿਸ਼ ਕਰਦਾ ਅੰਕ ਰੇਡਰ ਦਾ, ਅੰਕ ਕਹਿੰਦੇ ਰੇਡਰ ਦੇ ਖਾਤੇ ਯਾਦ ਰਿਹਾ। ਆ ਕਹਿੰਦੇ ਖੋਸ਼ੀ ਆ ਦੇਖੋ ਵੈਰੋਵਾਲ ਦੀ ਧਰਤੀ ਦਾ ਮੁੰਡਾ ਨਵੀਂ ਦਰੇਸ ਦਾ ਕਬੱਡੀ ਦੇ ਵਿੱਚ ਆਇਆ ਹੈ, ਸਾਹਮਣੇ ਚਾਰ ਜਾਫੀਆਂ ਤਿਆਰ ਪਰ ਤਿਆਰ ਹੈ, ਟਰੱਪ ਸੁਰਸਿੰਘ ਵਾਲਾ ਤਿਆਰ ਹੈ, ਕੁਝ ਦੂਰੋਂ ਪਹਿਲਾਂ ਮੁੰਡੇ ਨੇ ਮੋਟਰਸਾਈਕਲ ਦਿੱਤਾ, ਫਿਰ ਅੰਦਰ ਪੁਰੀਆ ਗੋਪੀ ਗੋਪੀ ਹੋ ਗਿਆ ਮੂਰੇ, ਵੇਖਦੇ ਆ ਵੇਖਦੇ ਆ ਉਹ ਰੇਡਰ ਭੱਜੂ ਜਾਂ ਜੱਫਾ ਲੱਖੂ ਪੁਆਇੰਟ ਰੇਡਰ ਦੇ ਖਾਤੇ ਯਾਦ ਹੋਇਆ। ਧੰਦਾ ਭਰਾ ਸਾਡਾ ਮੀਰਪੁਰੀ ਆ ਭਰਾ ਦਾ ਧੰਨਵਾਦ, ਮੇਰੀ ਬੇਨਤੀ ਆ ਕਿ ਕਲੀ ਵਾਲੀ ਲਾਈਨ ਛੱਡ ਦਈਏ, 1 ਅਕਤੂਬਰ ਨੂੰ ਅਵਤਾਰ ਬਾਟ ਉਸੇ ਪਿੰਡ ਫੇਰ ਦੁਬਾਰਾ ਕਬੱਡੀ ਲੈ ਕੇ ਆਵੇਗਾ, ਅਵਤਾਰ ਬਾਟ ਮੇਰਾ ਭਰਾ ਜ਼ਿੰਦਗੀ ਦਾ ਮਾਣ। ਇੱਧਰ ਘੋੜੇ ਦੀ ਕਬੱਡੀ ਦੇ ਨਾਲ ਜੁੜਦੇ ਆ ਮੰਨਾ ਕਿਤੇ ਗੁੱਜੇ ਪੀਰ ਵਾਲਾ ਜਿਹਨੇ ਟਰਾਈ ਕੀਤੀ ਆ ਪੁਆਇੰਟ ਰੇਡਰ ਨੇ ਜੋੜ ਦਿੱਤਾ। ਗੋਲੀ ਕਾਜੀਕੋਟ ਵੱਲੋਂ ਤੇ ਗਿੰਦਰ ਸੂਪਰ ਉਹਨਾਂ ਵੱਲੋਂ ਲੱਖੇ ਦੇ ਲਈ, ਸਰਤਾਜ ਉਹਨਾਂ ਵੱਲੋਂ ਲੱਖੇ ਦੇ ਲਈ ਉਦਾਂ ਹੀ 1100 ਦੇ ਮਾਨ ਸਨਮਾਨ ਹੋਣਗੇ। ਮੈਂ ਪਹਿਲਾਂ ਆਖਿਆ ਕਈ ਵਾਰ ਪਲੇਅਰ ਦਾ ਦਿਨ ਹੁੰਦਾ ਕਈ ਵਾਰ ਨਹੀਂ ਹੁੰਦਾ, ਲਾਜਦੇ ਲਈ ਸੈਡ ਦੇਖਾਂਗੇ। ਰੰਮੀ ਕਬੱਡੀ ਪਾ ਰਹੇ ਗਿੰਦਰ ਦੀਨਪੁਰ ਤੇ
ਜਿੰਦਰ ਰਸੂਲਪੁਰ ਮੈਚ ਬੜਾ ਚੋਟੀ ਦਾ। ਮੈਂ ਕਹਿੰਦਾ ਰਸੂਲਪੁਰ ਸਾਹਿਬ ਜੀ ਇੱਧਰ ਵੀ ਥੋੜਾ ਧਿਆਨ ਰੱਖਿਓ, ਗੱਡੀਆਂ ਗਰਮ ਹੋਈਆਂ ਪਈਆਂ। ਕੋਸ਼ਿਸ਼ ਕਰੀਏ ਆਪਾਂ ਜਿਹੜੇ ਦੂਰ ਦਰਾਡੇ ਤੋਂ ਦਰਸ਼ਕ ਭਰਾ ਆਏ ਹੈ ਉਹਨਾਂ ਨੂੰ ਵੀ ਆਪਾਂ ਖੁਸ਼ ਕਰਕੇ ਤੋਰੀਏ ਪਿਆਰ ਦੇ ਨਾਲ। ਪਿਆਰ ਦੇ ਨਾਲ ਹਲਕੀ ਚੋਟ ਮਹਿਸੂਸ ਕੀਤੀ ਹੈ ਨੌਜਵਾਨ ਨੇ, ਲੱਗਦਾ ਅੱਖ ਦੇ ਵਿੱਚ ਉਂਗਲ ਵੱਜੀ ਹੈ। ਬੜਾ ਵਧੀਆ ਮੈਚ ਖੇਡਿਆ ਜਾ ਰਿਹਾ। ਚਪੇੜ ਵੱਜੀ, ਅੱਛਾ ਕੋਈ ਮੈਚ ਕਿੱਦਾਂ ਦਾ ਲੱਗਦਾ, ਤਾੜੀਆਂ ਮਾਰ ਕੇ ਦੱਸੋ। ਤਾੜੀਆਂ ਵੱਜ ਗਿਆ, ਜਿੰਦਾ ਪਹਿਲਾਂ ਆ ਗਿਆ ਯਾਰਾਂ ਦਾ ਯਾਰ ਪ੍ਰਗਟ ਕਰ ਸੋਹਣਾ। ਕਹਿੰਦਾ ਕਬੱਡੀ ਹੈ ਖੇਡ ਚਪੇੜਾਂ ਦੀ, ਇਹ ਕਿਹੜਾ ਫੁੱਲ ਪੈਣੇ ਆ। ਪਰ ਗੱਲ ਵੀ ਸਹੀ ਹੈ, ਇਹ ਖੇਡ ਹੀ ਐਸੀ ਹੈ। ਵੱਧ ਵੀ ਨੌਜਵਾਨਾਂ ਮੀਰਾਂ ਕੋਟੀਆਂ ਕਰੋ ਸੰਧੂ ਸਾਹਿਬ ਜੀ ਸ਼ੇਰਾ। ਕਹਿੰਦੇ ਮੀਰਾ ਕੋਟ ਵਾਲੇ ਨੇ ਦੂਜੀ ਕਬੱਡੀ ਪਾ ਦਿੱਤੀ ਆ 500 ਦੀ। ਬਾਬਾ ਪੱਪੂ ਜੀ ਵੱਲੋਂ ਮਾਇਆ ਲੱਗੀ ਸ਼ੇਰਿਆ, ਵਾਪਸ ਆ ਗਿਆ 500 ਦੇ ਦਿਆਂਗੇ ਬਾਬਾ ਜੀ। 500 ਜਿਹੜਾ ਸ਼ੇਰੇ ਤੱਕ ਆਪ ਪੂਜਾ ਕਰ ਦਿਓ। ਅਗਲੀ ਕਬੱਡੀ ਲਓ ਮੁੰਡਾ, ਕਹਿੰਦੇ ਸਿਰਸੇ ਤੋਂ ਆਇਆ, ਹਰਿਆਣੇ ਤੋਂ ਆਇਆ ਨਾਲ। ਇੱਧਰ ਕਹਿੰਦੇ ਬਹਾਦਰ ਤੇ ਜੱਗੂ ਮਾਨੋ ਚਾਲ, ਲੱਕੀ ਗੰਡਿਆਲਾ ਸੇਵਕ ਜੱਸਾ ਤੇ ਨਾਲ ਜਿੰਦਾ ਪਹਿਲਾ ਭਰਾ ਸਾਡਾ ਆਇਆ ਹੋਇਆ ਸਾਹਮਣੇ ਅਗਲੀ ਕਬੱਡੀ ਗੁਰਦੇਵ ਦੀ ਕਬੱਡੀ ਦੇ ਨਾਲ ਜੁੜਦੇ ਆ ਵੀਰ। ਚੱਕ ਮੈਂ ਕੱਲ ਗੱਲ ਗਿੱਲ ਕਲੇਰ ਪਿੰਡ ਹੈ ਨੌਜਵਾਨ ਦਾ, ਗੁਰੂ ਦਾ ਖਾਲਸਾ। ਜੁੜ ਕੇ ਬੰਨਿਆ ਚਿੱਟਾ ਰੁਮਾਲ, ਮੁੰਡੇ ਦੀ ਸ਼ਾਨ ਦੇ ਵਿੱਚ ਵਾਧਾ ਕਰਦਾ ਹੈ ਕਿ ਕੱਦ ਨਾਲ ਉੱਚੇ ਕਿਰਦਾਰ ਨਾਲ ਮਿਲਦੇ, ਮੇਲਿਆਂ ਚੋਂ ਮੁੱਲ ਸਰਦਾਰ ਨਹੀਂ ਉਹ ਮਿਲਦੇ। ਨਾ ਸਾਹਮਣੇ ਡਰੇ ਆ ਬੱਲੇ ਬੱਲੇ ਹੁੰਦੀ ਹੋਈ ਬੰਟੀ ਦੇ ਨਾਲ ਮੁਕਾਬਲਾ ਹੋਇਆ। ਮਹਿੰਦੀਆਂ ਕਲਾਂ ਵਾਲਾ ਨੌਜਵਾਨ ਟਰਾਈ ਕਰਦਾ, ਪਰ ਅੰਕ ਜਿਹੜਾ ਰੇਡਰ ਨੇ ਆਪਣੀ ਟੀਮ ਦੇ ਖਾਤੇ ਜੋੜਿਆ। ਸਿਰੇ ਦਾ ਮੈਚ ਹੈ, ਉਹ ਕੌਣ ਆ ਗਿਆ, ਤਾੜੀਆਂ ਮਾਰ ਦਿਓ ਜ਼ੋਰਦਾਰ। ਪਹਾੜ ਸਿੰਘ ਆ ਗਏ ਫਰੰਦੀ ਪੁਰੀਆ, ਦੁਨੀਆ ਚਾਹੁੰਦੀ ਹੈ। ਇਹ ਵੀ ਕਹਿੰਦੇ ਉਸਤਾਦਾਂ ਦਾ ਉਸਤਾਦ ਹੈ ਫਰੰਦੀ ਪੁਰੀਆ, ਪ੍ਰਭ ਸੰਧੂ ਦੇ ਨਾਲ ਟੱਕਰ ਹੋਈ ਹੈ ਇੱਥੇ ਰੱਖ ਬਈ। ਪਹਾੜ ਜੰਗੀਆਂ ਨੇ ਵਾਲੇ ਦੀ ਖੇਡ ਕਿੱਦਾਂ ਦੀ ਲੱਗੀ, ਜਿਨ੍ਹਾਂ ਜਿਨ੍ਹਾਂ ਨੂੰ ਖੇਡ ਵਧੀਆ ਲੱਗੀ ਸਿੱਖ ਸਰਦਾਰ ਦੇ ਲਈ ਤਾੜੀਆਂ ਮਾਰੋ ਜੀ। ਤਾੜੀਆਂ ਲਾ ਦਿੱਤੀਆਂ ਭਰਾਵਾਂ ਨੇ ਬਿੱਟੂ ਬਾਟ ਤੇ ਬੱਬੂ ਬਾਟ, ਇਹ ਮੇਲਾ ਸਾਡੇ ਭਰਾਵਾਂ ਦਾ। ਇਹ ਤੇਜ ਪਾਲ ਆ ਗਏ ਸੁਰਸਤ ਵਾਲਾ ਲੋ, 500 ਦੀ ਰੇਡ ਸਰਬੋ ਸੰਧੂ ਨੇ ਜੱਥੇ ਦੇ ਲਾ ਦਿੱਤੀ ਹੈ। ਇਹ ਜਿਹੜਾ ਜਾਫੀ ਜੱਥਾ ਲੋ 500 ਸਰਬੋ ਸੰਧੂ ਵੱਲੋਂ ਦਿਖਾਇਆ ਸਾਹਿਬ ਜੀ। ਆ ਕਬੱਡੀ 1500 ਦੀ ਲਾਸਟ ਹੈ, ਬੱਬੂ ਬਾਟ ਹੋਣਾ ਵੱਲੋਂ, ਬਿੱਟੂ ਬਾਟ ਹੋਣਾ ਵੱਲੋਂ, ਮਹਿਫਲ ਰੈਸਟੋਰੈਂਟ ਵਾਲੇ ਭਰਾਵਾਂ ਵੱਲੋਂ। ਆਹ ਦੇਖਾਂਗੇ 1500 ਦੀ ਰੇਡ, ਕਾਲੀ ਲੋਕੋਕੇ ਵਾਲਾ ਪਰ ਟੈਕਨੀਕਲ ਨੰਬਰ ਜਿਹੜਾ ਰੇਡਰ ਨੇ ਜੋੜ ਦਿੱਤਾ ਹੈ। ਗੁਰਭੇਜ ਸਿੰਘ ਜੀ 62 ਅਮਰੀਕਾ ਤੇ ਨਾਲ ਹਰਪ੍ਰੀਤ ਸਿੰਘ ਜੀ 62 ਅਮਰੀਕਾ, ਪ੍ਰਦੀਪ ਆਸਟ੍ਰੇਲੀਆ ਤੇ ਹਰਮਨ 62। 500 ਉਹਨਾਂ ਵੱਲੋਂ, ਮੈਂ ਬੇਨਤੀ ਕਰਦਾ ਭਰਾਵਾਂ ਨੂੰ ਵੀ 500 ਗਰਾਊਂਡ ਵਿੱਚ ਪਹੁੰਚਦਾ ਕਰ ਦੇਣ। ਸਾਹਿਬ ਜੀ 1500 ਇੱਧਰੋਂ ਆ ਗਿਆ, ਹਾਂਜੀ 15, ਹਾਂਜੀ 500 ਰਹਿ ਗਿਆ। ਉਸਤਾਦ ਜੀ ਇੱਧਰ ਆਇਓ, ਬਹੁਤ ਬਹੁਤ ਧੰਨਵਾਦ। ਹਾਂਜੀ ਬੱਜੀ, ਹਾਂਜੀ ਹਾਫ ਦਾ ਲੇਖਾ ਜੋਖਾ ਦੱਸ ਦਈਏ ਮੇਰਾ ਵੀਰ ਕਾਪੀ ਤੇ ਜਿੰਨੇ ਚਿਹਰੇ ਲਾਈਆਂ। ਦਲਜੀਤ ਸਿੰਘ ਜੀ ਕੈਨੇਡਾ ਵਾਲੇ ਭਰਾਵਾਂ ਨੇ ਵੱਡਾ ਮਾਣ ਬਖਸ਼ਿਆ ਹੈ। ਦਲਜੀਤ ਸਿੰਘ ਜੀ ਕੈਨੇਡਾ ਵਾਲਿਆਂ ਦਾ ਚੇਚੇ ਤੌਰ ਤੇ ਧੰਨਵਾਦ। ਇੱਕ ਬੇਨਤੀ ਹੈ, ਦਰਸ਼ਕ ਭਰਾਵਾਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ, ਗਰਾਊਂਡ ਕਲੀਅਰ ਕਰ ਦਿੱਤੀ ਜਾਵੇ। ਦਲਜੀਤ ਸਿੰਘ ਜੀ ਕੈਨੇਡਾ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਹੈ, ਗਰਾਊਂਡ ਕਲੀਅਰ ਰੱਖਿਓ। ਸੇਵਾਦਾਰ ਨੇ ਗੁਰੂ ਘਰ ਦੇ ਸਾਨੂੰ ਸੇਵਾਦਾਰੀ ਕਹਿ ਰਹੇ ਹੈ ਕਿ ਆਪਾਂ ਇਹਨਾਂ ਭਰਾਵਾਂ ਦੇ ਚਰਨਾਂ ਵਿੱਚ ਬੇਨਤੀ ਕਰੀਏ। ਅੱਧੇ ਸਮੇਂ ਦਾ ਸੰਧੂ ਸਾਹਿਬ ਜੀ ਕਰਿਓ ਰਿਜ਼ਲਟ ਸਾਂਝਾ। ਮਿਲਖਾ ਸਿੰਘ ਜੀ ਸੰਧੂ ਸਾਹਿਬ ਵੱਡੇ ਬੁਲਾਰੇ ਨੇ ਪੰਜਾਬ ਦੇ,
ਕਿਹੜੀ ਟੀਮ ਦੇ ਕਿੰਨੇ ਨੰਬਰ ਨੇ ਇੱਧਰ ਅੰਕਾਂ ਦਾ ਵੇਰਵਾ ਸਾਂਝਾ ਕਰਦੇ ਅੰਕਾਂ ਦਾ ਵੇਰਵਾ ਸਾਂਝਾ ਕਰਦੇ ਹੈ ਟਪਿਆਲਾ ਕਲੱਬ ਦੇ 15.5 ਹਾਂਜੀ ਕਿਆ ਬਾਤ ਹੈ ਜੀ ਟਪਿਆਲਾ ਕਲੱਬ ਦੇ ਜਿਹੜੇ ਨੰਬਰ ਨੇ 15.5 ਤੇ ਫਰੰਦੀਪੁਰੀਏ ਗੋਪੀ ਦੀ ਟੀਮ ਦੇ ਨੰਬਰ ਨੇ 27 15.5 ਤੇ 27 ਦੀ ਟੱਕਰ ਹੈ ਇੱਧਰ ਵੀਰ ਨੇ ਲਓ ਟੱਕਰ ਕਹਿੰਦੇ ਵੱਡੀ ਇੱਧਰ ਹਰਮਨ ਆਸਟ੍ਰੇਲੀਆ ਵੱਡੀ ਮਾਇਆ ਲਾਈ ਆ ਮੁੰਡੇ ਨੇ ਵੀਰਾ ਤੇਰਾ ਧੰਨਵਾਦ ਇੱਕ ਅਕਤੂਬਰ ਨੂੰ ਇਸ ਧਰਤੀ ਤੇ ਅਵਤਾਰ ਬਾਠ ਮੇਰਾ ਭਰਾ ਵੱਡੇ ਸੱਦੇ ਦਿੰਦਾ ਹੈ 1000 ਦਾ ਜੱਫਾ ਭੇਜਿਆ ਬਾਠ ਯੂਐਸ ਵੱਲੋਂ ਫਰੰਦੀਪੁਰ ਦੇ 5600 ਦੇ ਵਿੱਚ ਪਲੱਸ 1000 ਕਰਦੀ ਹੈ 6600 ਦਾ ਜੱਫਾ ਕਰ ਦਿੱਤਾ ਭਰਾਵਾਂ ਨੇ ਇੱਧਰ ਸਾਹਮਣੇ ਬਿੱਕੇ ਦੀ ਕਬੱਡੀ ਦੇ ਨਾਲ ਜੁੜਦੇ ਆ ਚਾਰ ਨੇ ਚਾਰੇ ਤਿਆਰ ਨੇ ਸਿਰਫ ਸੰਧੂ ਵੱਡੇ ਮਾਣ ਦੇ ਗਿਆ ਭੇਜਿਆ ਸਾਡਾ ਭਰਾ ਇੱਧਰ ਭੇਜਿਆ ਬਾਠ ਕਨੇਡਾ ਇੱਧਰ ਸਾਹਮਣੇ ਕਾਲੀ ਗਿੰਦੇ ਲੋਕੋ ਵਾਲਾ ਟਰਾਈ ਕਰਦਾ ਰੂਪ ਦਿਖਾਉਣਾ ਪੈਣਾ ਵੀ ਨੌਜਵਾਨਾਂ ਸਮਾਂ ਬੀਤਦਾ ਜਾ ਰਿਹਾ 27 ਤੇ 15 ਦੀ ਟੱਕਰ ਸੀਗੀ ਸਮਾਂ ਤੇ ਸਮੁੰਦਰ ਦੀਆਂ ਲਹਿਰਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦੀਆਂ ਕਿ ਸਮਾਂ ਬੀਤਦਾ ਜਾਂਦਾ ਜ਼ਿੰਦਗੀ ਗੋਤੇ ਖਾਂਦੀ ਹੈ ਸਮਾਂ ਬੀਤਦਾ ਜਾਂਦਾ ਜ਼ਿੰਦਗੀ ਗੋਤੇ ਖਾਂਦੀ ਹੈ ਰਾਜੇ ਖੇਲੇ ਅੜ ਗਿਆ ਕੁੰਡਾ ਧੜਕਣ ਵੱਧਦੀ ਜਾਂਦੀ ਹੈ ਰਾਜੇ ਖੇਲੇ ਅੜ ਗਿਆ ਕੁੰਡਾ ਧੜਕਣ ਵੱਧਦੀ ਜਾਂਦੀ ਹੈ ਲਓ ਜੱਗੂ ਜੱਗੂ ਤੇ ਵੈਰੋਗੇ ਵਾਲਾ ਨੌਜਵਾਨ ਇਧਰਲੀ ਸਾਈਡ ਅੰਕ ਜਿਹੜਾ ਆਪਣੀ ਟੀਮ ਦੇ ਖਾਤੇ 'ਚ ਜੋੜ ਚੁੱਕਿਆ ਹੈ ਇੱਧਰ ਗਿੰਦਰਦੀਨਪੁਰਾ ਪ੍ਰਗਟ ਕੱਦਗਿੱਲ ਹਰਦੀਪ ਸੁਨਿਆਰਾ ਪ੍ਰਿੰਸ ਸੁਨਿਆਰਾ ਖੰਨਾ ਮਾਨੋ ਚਾਲ ਬਹਾਦਰ ਮਾਨੋ ਚਾਲ ਕਰਨ ਹੋਟਲ ਵਾਲੇ ਸਾਡੇ ਵੀਰ ਨੇ ਜਗਰੂਪ ਪੁਣੀ ਵਿੱਕੀ ਖਾਰਾ ਤੇ ਗਿੰਦਰ ਸੂਲਪੁਰ ਉਹਨਾਂ ਦਾ ਚੇਚੇ ਤੌਰ ਤੇ ਧੰਨਵਾਦ ਹੈ ਆਹ ਭਾਈ ਹਰੇੜ ਘੋੜੇ ਦੀ ਕਿ ਮਾਰੀ ਜਦੋਂ ਛਾਲ ਲਾ ਕੇ ਜ਼ੋਰ ਪੱਟਾਂ ਨਾਲ ਅੱਖ ਦੇ ਝਮੱਕੇ ਨਾਲ ਕਮਾਲ ਜਿਹਾ ਹੋ ਅੱਖ ਦੇ ਝਮੱਕੇ ਨਾਲ ਕਮਾਲ ਜਿਹਾ ਹੋ ਗਿਆ ਭਿੰਡੇ ਦੀ ਕਬੱਡੀ ਹੈ ਫਰੰਦੀਪੁਰ ਸਾਹਿਬ ਤੁਹਾਡਾ ਇੱਕੋ ਯੱਕਾ 11000 ਦਾ ਰਵੀ ਬਾਦ ਸਿੰਘਪੁਰ ਵੱਲੋਂ ਹੈ ਇੱਧਰ ਸਾਹਮਣੇ ਆ ਵੀ ਕਹਿੰਦੇ ਸਿਰੇ ਦਾ ਜਾਫੀ ਹੈ ਇਹ ਹਰਪਾਲ ਕੌਲਮਾ ਪਿੰਡ ਵਾਲਾ ਲੋ ਭਿੰਡਾ 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 ਭੱਜ ਤੁਰਿਆ ਬੱਲੇ ਭਿੰਡਿਆ ਸੋਹਣੀ ਖੇਡਦਾ ਮਾਲਕਾ ਹੀਰਾ ਤੋਂ ਵੀ ਤੈਨੂੰ ਮਾਲਕ ਹੋਰ ਤਰੱਕੀਆਂ ਬਖਸ਼ੋ ਅਗਲੀ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਭੇਜਿਆ ਬਾਠ ਯੂਐਸਏ ਭਰਾ ਦਾ ਧੰਨਵਾਦ ਇੱਧਰੋਂ ਚੇਚੇ ਤੌਰ ਤੇ ਸਤਿਕਾਰ ਹੈ ਸੰਧੂ ਸਾਹਿਬ ਲੱਖਿਆ ਟੀਮ ਪੱਛੜ ਦੀ ਲੱਗਦੀ ਹੈ ਆਹ ਟੀਮ ਪੱਛੜ ਦੀ ਲੱਗਦੀ ਹੈ ਸਾਡੇ ਬਿੱਟੂ ਬਾਠ ਹੁਣੀ ਕਹਿੰਦੇ ਲੱਖੇ ਨੂੰ ਕਹਿ ਜਿੰਨੇ ਜੱਫੇ ਉਹਨੇ 11-1100 ਦਿੱਤੇ ਜਾਣੇ ਲੱਖੇ ਦੇ ਹਰ ਜੱਫੇ ਤੇ 11-1100 11000 ਦਾ ਜੱਫਾ ਫਰੰਦੀਪੁਰ ਸਾਹਿਬ ਤੁਹਾਡਾ ਹੋ ਗਿਆ ਸਰਦਾਰ ਮੁੰਡੇ ਦਾ ਨਾਮ ਪ੍ਰਭ ਰੱਖਿਆ ਹੋਇਆ ਮਾਪਿਆਂ ਨੇ 11000 ਦਾ ਜੱਫਾ 11000 ਦਾ ਜੱਫਾ ਉਹ 11000 ਦਾ ਜੱਫਾ ਰਵੀ ਪਾਠ ਵੱਲੋਂ ਰਵੀ ਪਾਠ ਵੱਲੋਂ ਰਸੂਲਪੁਰ ਨੱਚ ਉੱਠਿਆ ਰਸੂਲਪੁਰ ਨੱਚ ਉੱਠਿਆ ਹਾਂਜੀ ਬਾਠ ਸਾਹਿਬ ਪਿੰਡਾ ਮੇਰਾ ਵੀਰ ਮੀਰਪੁਰੀ ਆ ਕੇ ਜਿਹੜੀ ਮਾਇਆ ਗਿਣ ਲਵੇ ਭੇਜੇ ਬਾਠ ਯੂਐਸਏ ਵੱਲੋਂ 1000 ਦਿੱਤਾ ਗਿਆ ਇੱਕ ਹੋਰ ਭਰਾ ਨੇ ਮਾਇਆ ਲਾਈ ਹੈ ਇੱਧਰ ਗੁਰਦੇਵ ਸਾਈਡ ਕਬੱਡੀ ਪਾ ਰਹੇ ਹੈ ਤੇ ਦੇਖਾਂਗੇ ਟਪਿਆਲੇ ਦੀ ਟੀਮ ਦਾ ਜਿਹੜਾ ਮਰਜ਼ੀ ਜਾਫੀ ਜੱਫਾ ਲਾ ਦੇਵੇ ਜਿੰਨੇ ਖੁੱਲੇ ਮਿੱਤਰਾਂ ਦੇ ਖਰਚੇ ਬਾਠ ਸਾਹਿਬ ਜੀ ਓਨਾ ਖੁੱਲਾ ਰੱਬ ਸਾਨੂੰ ਦੇਈ ਜਾਂਦਾ ਬਿੱਟੂ ਬਾਠ ਕਹਿੰਦਾ ਟਪਿਆਲੇ ਦੀ ਟੀਮ ਦੇ ਹਰ ਜਾਫੀ ਦਾ ਜੱਫਾ ਜਿਹੜਾ ਉਹ 1100 ਦਾ ਹੋਵੇਗਾ ਲਓ ਦੇਖਣ
ਦੇਖਾਂਗੇ ਇੱਧਰ ਕਬੱਡੀ ਪੈ ਰਹੀ ਹੈ ਖੇਡ ਦੇ ਮੈਦਾਨ ਦੇ ਵਿੱਚ। ਚੋਲਾ ਸਾਹਿਬ ਪਿੰਡ ਹੈ ਜੱਗੂ ਦਾ, ਚੋਲਾ ਸਾਹਿਬ ਪਿੰਡ ਹੈ ਜੱਗੂ ਦਾ, ਤੇ ਦੇਖਾਂਗੇ ਫੌਜੀ ਨੂੰ ਡੱਕ ਪਾਵੇਗਾ ਕਿ ਨਹੀਂ। ਸੰਨੀ ਯੂਕੇ ਹੋਣਾ ਨੇ ਆਖਿਆ 51,000 ਦੇਣਾ, 51,000 ਦੇਣਾ। ਲਾ ਸਮਾਂ ਬੀਤਦਾ ਯਾਰੇ, ਫੌਜੀ ਨੰਬਰ ਲੈ ਗਿਆ ਫੱਗੂਵਾਲ ਦੀ ਧਰਤੀ ਦਾ। ਇਹ ਸਰਸੇ ਦੇ ਇਲਾਕੇ ਦੇ ਵਿੱਚੋਂ ਆਇਆ ਇਧਰ। ਬਿੱਟੂ ਬਾਰ ਜੀ ਕਹਿੰਦੇ ਆ ਤਪਿਆਲੇ ਦੀ ਟੀਮ ਦਾ ਜਿਹੜਾ ਮਰਜ਼ੀ ਜਾਫੀ ਜੱਫਾ ਲਾ ਦੇਵੇ। 1100 ਦੇ ਵੱਡੇ ਮਾਨ ਸਨਮਾਨ ਨੇ, ਕਾਲੀ ਤਿਰ ਤੋਂ ਆਸਾ ਨੇ, 1100 ਤੇ 75 ਭਲਵਾਨ ਅਮਰੀਕਾ, ਬਲਰਾਜ ਬਾਬਾ ਅਮਰੀਕਾ, ਗੈਰੀ ਅਮਰੀਕਾ ਤੇ ਹੀਰਾ ਲੋਪੋ ਕੇ ਵੱਡੀ ਸਪੋਰਟ ਕਰਦੇ ਆ ਨੌਜਵਾਨਾਂ ਤੇਰੀ ਖੇਡ ਤੇ, ਵੱਡੀ ਸਪੋਰਟ ਕਰਦੇ। ਤੇਜਪਾਲ ਪਾਕ ਵੱਡੀ ਹਰਮਨ ਆਸਟ੍ਰੇਲੀਆ 1000 ਪਲੱਸ ਕਰਦੀ ਹੈ ਵਿੱਚ ਹਰਮਨ ਆਸਟ੍ਰੇਲੀਆ, ਐਨੇ ਲੋਕ 500 ਕੁ ਹਰਮਨ ਆਸਟ੍ਰੇਲੀਆ ਵੱਲੋਂ ਹੈ। ਉਹ 500 ਦੇ ਟਪਿਆਲੇ ਦਾ ਜਾਫੀ ਜੱਫਾ ਲਾਵੇ ਬਿੱਟੂ ਬਾਟ ਵੱਲੋਂ। 1100 ਦੇ ਵਿੱਚ ਪਲੱਸ ਕਰਦੇ ਹਰਮਨ ਆਸਟ੍ਰੇਲੀਆ ਵੱਲੋਂ, ਆ 1600 ਦਾ ਜੱਫਾ, 1600 ਦਾ ਜੱਫਾ ਲਓ ਸਾਹਮਣੇ ਕਾਲੀ ਸਾਡੇ ਵੱਡੇ ਵੀਰ ਗੋਲੀ ਕਾਜੀਕੋਟ ਜੀ, ਸਰਬ ਸੰਧੂ ਹੁਣੀ, ਅਵਤਾਰ ਬਾਠ ਹੁਣੀ, ਸਾਰੇ ਪਿੰਡ ਦੇ ਨਾਲ ਮਿਲ ਕੇ ਬਿੱਟੂ ਬਾਠ ਹੁਣੀ, ਇਹ ਸਾਰੇ ਆਖਦੇ ਆ ਰੱਬ ਰੂਪੀ ਦਰਸ਼ਕ ਭਰਾਵਾਂ ਦੇ ਚਰਨਾਂ ਵਿੱਚ ਬੇਨਤੀ ਹੈ ਗੋਲੀ ਭਰਾ ਹੋਣਾ ਵੱਲੋਂ 1 ਅਕਤੂਬਰ ਨੂੰ ਸਾਰੇ ਵੀਰਾਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ। ਆ ਪਿੱਕੇ ਦੀ ਰੇਡ ਕਾਲੀ ਹੋ ਸਾਹਮਣੇ 1100 ਦਿੱਤਾ ਜਾਣਾ ਬਿੱਟੂ ਬਾਠ ਵੱਡਾ ਭਰਾ ਕਹਿੰਦਾ, ਪਰ ਸਾਹਮਣੇ ਦੇਖਾਂਗੇ ਨੰਬਰ ਜਿਹੜਾ ਬਿੱਕੇ ਨੇ ਜੋੜ ਦਿੱਤਾ। ਲਓ ਅਗਲੀ ਕਬੱਡੀ ਟਪਿਆਲੇ ਵੱਲੋਂ ਖੇਡ ਪਈ ਹੋਈ ਕਬੱਡੀ, ਸਰਬ ਸੰਧੂ ਖਾਲਸਾ ਕਾਲਜ ਭਰਾ ਦਾ, ਮੇਰੀ ਯਾਨ ਹੈ ਮੇਰਾ ਭਰਾ ਦਾ, ਉਹ ਚੋਕਾ ਦਿੰਦਾ ਉਹ ਪਗਾ ਦਿੰਦਾ। ਲਓ ਪਈ ਕਬੱਡੀ ਹੈ ਇੱਧਰ ਜਿੰਦਰ ਵੱਲੋਂ ਵੱਡਾ ਪਿਆਰ, ਇੱਧਰ ਅੰਗਰੇਜ਼ ਤਾਜੇ ਚੱਕ ਵਾਲਾ, ਉਹ ਧੱਕ ਜਾਫੀ ਧਰਤੀ, ਧੱਕ ਜਾਫੀ ਧਰਤੀ, ਧੱਕ ਜਾਫੀ ਉਹ ਸਵਾਦ ਬਜਦੀ ਦੇ ਜੱਫਾ ਲੱਗ ਗਿਆ ਸਾਹਮਣੇ, ਸਵਾਦ ਸਵਾਦ ਆ ਸਵਾਦ ਆ ਸਵਾਦ ਸਵਾਦ ਬਜਦੇ ਸਵਾਦ ਬਜਦੇ ਦੁਨੀਆ ਕੱਚ ਉੱਠੀ ਆ ਕਿ ਜੱਟ ਲੈ ਗਿਆ ਪਾਲੇ ਤੋਂ, ਜੱਟ ਲੈ ਗਿਆ ਪਾਲੇ ਤੋਂ। ਇਧਰਲੀ ਸਾਈਡ ਦਰਸ਼ਕ ਵੀਰਾਂ ਨੇ ਤਾੜੀਆਂ ਮਾਰੀਆਂ, ਮਲਿਆ ਦੇਖ ਰਿਹਾ ਵੀ ਵੱਡਿਆਂ ਵੀਰਾਂ ਚ ਰਕਾਂ ਟੁੱਟ ਗਏ। ਰਸੂਲਪੁਰੇ ਦੀ ਧਰਤੀ ਹੈ, ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਪਾਤਸ਼ਾਹ ਸਾਹਿਬ ਜੀ ਮਹਾਰਾਜ ਜੀ ਦੀ ਕਿਰਪਾ ਹੈ। ਭਾਵੇਂ ਪੁਆਇੰਟਾਂ ਦੇ ਵਿੱਚ ਫਰਕ ਹੋਵੇ ਪਰ ਦਰਸ਼ਕਾਂ ਦਾ ਇਕੱਠ ਦੱਸਦਾ ਕਬੱਡੀ ਨੂੰ ਕਿੰਨਾ ਪਿਆਰ ਕਰਦੇ ਨੇ। ਆ ਘੋੜੇ ਦੀ ਰੇਡ ਪੈ ਰਹੀ ਹੈ, ਗਰਾਊਂਡ ਕਲੀਅਰ ਕਰ ਦਿੱਤੀ ਜਾਵੇ ਕਾਲੀ ਲੋਕੋ ਕੇ ਪਿੰਡ ਵਾਲਾ ਬਿੱਟੂ ਬਾੜ ਜੀ ਨੂੰ ਮੇਰੀ ਬੇਨਤੀ ਹੈ, ਦਈਏ 1100 ਆਪਾਂ। ਇਧਰਲੀ ਸਾਈਡ ਬੈਰੋਕੇ ਵਾਲਾ ਕਬੱਡੀ ਵਾਲਾ ਹੋਸ਼ ਨੇ ਕਬੱਡੀ ਪਾ ਕਬੱਡੀ ਪਾਉਣੀ ਹੈ ਮਾਝੇ ਵਾਲੇ, ਕਬੱਡੀ ਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ, ਤੁਹਾਡਾ ਜਿਹੜਾ ਇਕੱਠ ਹੈ ਕਬੱਡੀ ਨੂੰ ਪਿਆਰ ਦਾ ਸਬੂਤ ਹੈ। ਭਾਵੇਂ ਨੰਬਰ ਉੱਤੇ ਥੱਲੇ ਚੱਲਦੇ ਆ, ਜਿਨ੍ਹਾਂ ਜਿਨ੍ਹਾਂ ਨੂੰ ਮੈਚ ਵਧੀਆ ਲੱਗਦਾ ਤਾੜੀਆਂ ਮਾਰਦੇ ਇੱਕ ਮਤ ਲਾਉਣਾ ਭੇਜਾ ਬਾਪ ਜੀ ਇਸ ਵੱਲੋਂ, ਜੇ ਜੱਫਾ ਲੱਗਦਾ ਹਰਪ੍ਰੀਤ ਬਾਪ ਕਹਿੰਦਾ ਮੈਂ 1000 ਦੇ ਦਿਓ ਪ੍ਰਗਟ ਕੱਟ ਕੇ ਲੋ, ਤੇ ਗਿੰਦਰ ਤੇਰਾ ਭਰਾ ਦੀਨਪੁਰ ਵਾਲਾ ਤੇ ਗਿੰਦਰ ਸੂਲਪੁਰੀਆ ਇਹ ਵੀ ਆਪਣੇ ਭਰਾ ਏ, ਜਦੋਂ ਕਦੇ ਵੀ ਗੱਲ ਕਰੀਏ ਨਾਲ ਖੜਦੇ ਆ ਮੇਰੇ ਭਰਾ। ਇਹਦੇ ਕਬੱਡੀ ਪਈ ਹੋਈ ਹੈ, ਇਹ ਸ਼ੇਰਾ ਮੀਰਾ ਕੋਟ ਵਾਲਾ ਸ਼ਹੀਦਾਂ ਦੀ ਧਰਤੀ ਦਾ ਇਹ ਮੁੰਡਾ ਮਾਨ ਹੈ, ਇਹ ਲੰਡੀਆਂ ਜੀਪਾਂ ਦਾ ਜੇਤੂ ਹੈ, ਇਹ ਮਗਦਰ ਰਾਸ਼ੀਆਂ ਦਾ ਜੇਤੂ ਹੈ। ਹੋਲੀ ਕਾਜੀਕੋਟ ਨੇ ਆਖਿਆ 1100 ਦਿੱਤਾ ਜਾਣਾ ਜਿਹੜੇ ਮੁੰਡੇ ਨੇ ਕੋਸ਼ਿਸ਼ ਕੀਤੀ ਹੈ।
ਟਪਿਆਲੇ ਖੇਡ ਕਲੱਬ ਦਾ ਜਿਹੜਾ ਮਰਜ਼ੀ ਜਾਫੀ ਜੱਫਾ ਲਾ ਦੇਵੇ। ਬਿੱਟੂ ਬਾੜ ਜੀ ਵੱਡੇ ਭਰਾ ਨੀ ਆਖਦੇ ਹੁਣ ਹਰ ਜੱਫਾ 2100 ਦਾ ਹੋਵੇਗਾ, ਹਰ ਜੱਫਾ 2100 ਦਾ ਹੋਵੇਗਾ। ਪਿੰਡੇ ਨੇ ਕਬੱਡੀ ਪਾ ਦਿੱਤੀ ਹੈ, ਪਿੰਡੇ ਅੱਜ ਜੋਰ ਜੋੜ ਪਾਉਣੀਆਂ ਪੈਣੀ ਹੈ, ਅੱਜ ਸਿਰ ਧਰਦੀ ਬਾਜੀ ਲਾਉਣੀ ਪੈਣੀ। ਪ੍ਰਦੀਪ ਆਸਟ੍ਰੇਲੀਆ ਹਰਮਨ ਆਸਟ੍ਰੇਲੀਆ ਤੇ ਭੇਜਿਆ ਬਾੜ ਯੂਐਸਏ, ਇਧਰ ਇਹ ਜੱਫਾ 1000 ਦਾ ਗੁਰਦੇਵ ਦੀ ਕਬੱਡੀ ਦੇ ਨਾਲ ਜੁੜਦੇ ਬੱਲੇ ਗੁਰਦੇਵ, ਅੱਜ ਛਾ ਗਿਆ ਗੁਰਦੇਵ। ਇਧਰ ਸਾਡਾ ਭਰਾ ਵਾ ਵੱਡਾ ਮਾਣ ਭੇਜਿਆ ਬਾੜ ਯੂਐਸਏ, ਹਰਪ੍ਰੀਤ ਬਾਠ ਯੂਐਸਏ ਮੇਰੇ ਲਈ 1000 ਦਾ ਵੱਡਾ ਪਿਆਰ ਦਿੱਤਾ। ਲਓ ਸਾਹਮਣੇ ਆਪਣੇ ਦੀ ਕਬੱਡੀ ਦੇ ਨਾਲ ਜੁੜਦੇ ਹੈ ਉਹ ਜੱਗੂ ਹੋ ਜਾ ਮੂਰੇ, ਲਓ ਸਾਹਮਣੇ ਪਹਾੜ ਸਿੰਘ ਕਬੱਡੀ ਪਾ ਰਿਹਾ, ਗਰਾਊਂਡ ਕਲੀਅਰ ਕਰ ਦਿੱਤੀ ਜਾਵੇ, ਸਾਡੀ ਬੇਨਤੀ ਹੈ ਗਰਾਊਂਡ ਗਰਾਊਂਡ ਕਲੀਅਰ ਰੇਰੇ। ਆ ਬੱਲੇ ਬੱਲੇ ਹੁੰਦੀ ਹੋਈ ਓਏ ਮਾਝੇ ਵਾਲੇ ਨੰਬਰ ਭਾਵੇਂ ਥੋੜੇ ਹੋਣ, ਪਹਾੜ ਸਿੰਘ ਦੀ ਖੇਡ ਕਿੱਦਾਂ ਦੀ ਲੱਗੀ, ਤਾੜੀਆਂ ਮਾਰੋ ਜ਼ੋਰਦਾਰ। ਜੰਗੀਆਂ ਨੇ ਪਿੰਡ ਦਾ ਇਹ ਬਰਨਾਲੇ ਵਾਲਾ ਹੈ ਕਿ ਮੋਟਰ ਮਿੱਤਰਾਂ ਦੀ ਚੱਲ ਬਰਨਾਲੇ ਸਮੁੰਦਰ ਦੇ ਕਾਤਾ ਹੁੰਦਾ ਮੱਖਣ ਸੰਧੀ ਦੇ ਭੁਲੇਖੇ ਪਾਉਂਦਾ, ਪਿੰਡਿਆ ਜਿੰਦਾ ਰੋ ਚਿੱਟਾ, ਇਧਰ ਜੱਗੂ ਤਿਆਰ ਆ, ਅੰਗਰੇਜ਼ ਤਾਜੇ ਚੱਕ ਵਾਲਾ ਤਿਆਰ ਹੈ ਤੇ ਨਾਲ ਹਰਪਾਲ ਕਲਮਾ ਵਾਲਾ ਤਿਆਰ ਹੈ, ਪ੍ਰਭ ਤਿਆਰ ਆ ਜੱਗੂ ਚੋਲਾ ਸਾਹਿਬ ਵਾਲਾ ਜੱਗੂ ਜੱਗੂ ਹੋਸ਼ੀ ਵਾਲੇ ਵਾਲ ਵਾਲਾ ਹੋਸ਼ੀ ਦੇ ਜੱਗੂ 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 ਤਵਾਲ ਜਿਹੜਾ ਹੋਸ਼ੀ ਦੇ ਖਾਤੇ ਆ ਜਿੰਨਾ ਜਿਹਨਾਂ ਨੇ ਹੋਸ਼ੀ ਦੀਆਂ ਕਬੱਡੀਆਂ ਵਧੀਆ ਲੱਗੀਆਂ ਤੇਰੀ ਜੋਰ ਦੂਰੀ ਲਾ ਦੇ ਪੈਂਦੀ ਕਬੱਡੀ ਤੇ ਬੋਲ ਭਰਾ ਦੇ ਹੋਰ ਗਏ ਕਹਿਣ ਟੀਮਾਂ ਦੇ ਪਲੇਅਰ ਆਪਾਂ ਲਾਉਣੀ ਨੀ ਉਹ ਦੇਰ ਜਿੱਤ ਵਾਲੇ ਝੰਡੇ ਦੇ ਨੇ ਗੱਡ ਮਿੱਤਰ, ਲੋਕੀ ਕੰਮ ਧੰਦਾ ਬੈਠੇ ਸਾਰਾ ਛੱਡ ਮਿੱਤਰ ਛੱਡ ਮਿੱਤਰ ਹਰਮਨ ਆਸਟ੍ਰੇਲੀਆ ਤੇਜਾ ਬਾੜ ਯੂਐਸਏ 500 ਦੀ ਹੈ, ਆ ਕਬੱਡੀ ਰਸੂਲ ਪ੍ਰੀਏ ਭਰਾ ਕਹਿੰਦੇ ਆ 500 ਦੀ ਹੈ, ਅਵਤਾਰ ਦਾ ਜਿਗਰੀ ਯਾਰ ਕਹਿੰਦਾ ਨਾਮ ਦੱਸੀ ਵੀਰ ਸਰਬ ਸੰਧੂ ਭਰਾ ਵੱਲੋਂ 500 ਦਾ ਜੱਫਾ ਜਿਹੜਾ ਲੱਗ ਚੁੱਕਿਆ ਅਵਤਾਰ ਇੱਧਰ ਆ ਕੇ ਮੁੰਡੇ ਦੀ ਮਾਇਆ ਲੈ ਲਾ, ਹਾਂਜੀ 500 ਜਿਹੜਾ ਪੁੱਜਦਾ ਕਰਦੀ ਹੈ ਭੇਜਿਆ ਬਾੜ ਯੂਐਸਏ ਤੇ ਹਰਮਨ ਆਸਟ੍ਰੇਲੀਆ ਤੇ ਨਾਲ ਪ੍ਰਦੀਪ ਆਸਟ੍ਰੇਲੀਆ ਪਿੰਡਿਆ ਜੁਗ ਜੁਗ ਜੀ ਰਾਮ ਦੁਨੀਆ ਨੱਚ ਉੱਠਦੀ ਹੈ। ਸਰਬ ਸੰਧੂ ਵੀ 500 ਆ ਗਿਆ, ਗਰਾਊਂਡ ਕਲੀਅਰ ਕਰੋ ਯਾਰ, ਬੇਨਤੀ ਹੈ ਸਾਡੀ ਹੱਥ ਜੋੜ ਕੇ ਬੇਨਤੀ ਹੈ ਗਰਾਊਂਡ ਕਲੀਅਰ ਕਰ ਦਿੱਤੀ ਜਾਵੇ। ਵੀਰ ਜੀ ਗਰਾਊਂਡ ਜਿਹੜੀ ਕਲੀਅਰ ਕਰ ਦਈਏ ਕਿਉਂਕਿ ਰਿਜ਼ਲਟ 2 ਲੱਖ ਦਾ ਮੈਚ ਮਲ ਏੜੇ ਏੜੇ ਸੱਦੇ ਆ, ਬੇਨਤੀ ਹੈ ਭਰਾਵਾਂ ਨੂੰ ਥੋੜਾ ਜਿਹਾ ਪਿੱਛੇ ਪਿੱਛੇ ਹੋ ਜਾਈਏ ਤੇ ਡਿਪੈਂਡ ਕਰਦਾ ਜਿੰਨੇ ਜੱਫੇ ਬਿੱਟੂ ਭਰਾ ਨੇ ਆਖ ਦਿੱਤਾ ਉਹਨੇ ਜੱਫਿਆਂ ਤੇ 2100 ਦਿੱਤੇ ਜਾਣੇ। ਘੋੜੇ ਦੀ ਕਬੱਡੀ ਪੈ ਰਹੀ ਹੈ, ਘੋੜਾ ਵਧਿਆ ਹੋਇਆ, 4100 ਦਿੱਤਾ ਜਾਣਾ,
ਬਿੱਟੂ ਬਾਠ ਮਹਿਫਲ ਰੈਸਟੋਰੈਂਟ ਵਾਲੇ ਭਰਾਵਾਂ ਵੱਲੋਂ ਜਿੰਨੇ ਜੱਫੇ ਤੇਰੀ ਟੀਮ ਦੇ ਤੇਰੇ ਜੱਫੀਆਂ ਦੇ ਹੋਣਗੇ ਉਹਨੇ 2100 ਦੇ ਮਾਨ ਸਨਮਾਨ ਨੇ। ਇੱਕ ਬੇਨਤੀ ਸਾਡੀ ਹੋਰ ਹੈ, ਮੈਂ ਬਿੱਟੂ ਬਾਠ ਭਰਾਵਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ, ਖਿਡਾਰੀਆਂ ਦੇ ਪਿੰਡ ਜਿਹੜਾ ਪਾਣੀ ਹੈ ਉਹ ਮੁੱਕ ਚੁੱਕਿਆ, ਆਪਾਂ ਜ਼ਰੂਰ ਕਿਰਪਾ ਕਰਕੇ ਪਾਣੀ ਗਰਾਊਂਡ ਵਿੱਚ ਪਹੁੰਚਦਾ ਕਰਵਾਈਏ। ਗੇਜੇ ਨੇ ਟਪਿਆਲੇ ਦੀ ਖੇਡ ਕਲੱਬ ਦੇ ਲਈ ਨੰਬਰ ਜੋੜ ਦਿੱਤਾ ਹੈ। ਲਓ ਸ਼ੇਰਾ ਮੀਰਾਪੁਰ ਦੀ ਧਰਤੀ ਦਾ ਲਖਿਆ ਤੇਰੇ ਤੋਂ ਆਸਾਂ ਨੇ। ਗੋਲੀ ਕਾਜੀ ਕੋਟ ਵਾਲਾ ਕਹਿੰਦਾ ਹੈ ਵੱਡੇ ਮਾਨ ਸਨਮਾਨ 1100 ਦੇ ਨਾਲ ਕਰਨੇ ਜੇ ਜੱਫਾ ਲੱਗ ਗਿਆ। ਬਿੱਟੂ ਪਾਠ ਕਹਿੰਦਾ 2100 ਮੇਰੇ ਵੱਲੋਂ ਹੈ ਰਾਣਿਆ, ਆਹ ਗੱਲਾਂ ਚੰਗੀਆਂ ਨੇ। ਆ ਕਿਹੜਾ ਸ਼ੇਰੇ ਨੇ ਜੋੜ ਦਿੱਤਾ ਹੈ, ਸ਼ੇਰੇ ਨੇ ਜੋੜ ਦਿੱਤਾ ਜਲੰਧਰ। ਆ ਮੇਲਾ ਕਦੇ ਕਦੇ ਦੇਖਣ ਨੂੰ ਮਿਲਦਾ, ਲਓ ਫਰੰਦੀ ਪੁਰੀਏ ਗੋਬੇ ਤੇ ਇੱਕੋ ਜੱਫਾ 1000 ਕਰੀਏ ਭਾਜੀ, 1000 ਦਾ ਜੱਫਾ ਫਰੰਦੀ ਪੁਰੀਏ ਗੋਪੀ ਲਾਵੇਗਾ ਭੇਜਾ ਬਾਪ ਜਿਵੇਂ ਐਸੇ ਕਹਿੰਦਾ ਮੈਂ ਦੇ ਦਿਊਂਗਾ ਮੈਂ ਦੇ ਦਿਊਂਗਾ। ਲੋ ਜਗੂ ਚੋਲੇ ਵਾਲੇ ਨੇ ਟਰਾਈ ਕੀਤੀ। ਸੰਤੋ ਸਾਹਿਬ ਜੀ ਰਵੀ ਸਿੰਘਾ ਪੁਰੀਆ ਭਰਾ ਆਖਦਾ ਹੈ ਹੁਣ ਮੈਚ ਵੀ ਸਮਾਪਤੀ ਵੱਲ ਨੂੰ ਵਾਧਾ ਜਾ ਰਿਹਾ, ਫਰੰਦੀ ਪੁਰੀਏ ਗੋਪੀ ਦਾ ਜੱਫਾ ਜਿਹੜਾ ਉਹ 11000 ਦਾ ਹੋਵੇਗਾ। 11000 ਦੇ ਮਾਨ ਸਨਮਾਨ ਹੋਣਗੇ ਇੱਕੇ ਜੱਫੇ ਤੇ। ਲਓ ਦੇਖਣਗੇ ਦਿੱਲੀ ਸਾਈਡ ਇਹ ਫਰੰਦੀ ਪੁਰੀਏ ਗੋਪੀ ਦਾ ਤਰਾਸ਼ ਹੈ, ਚੰਨਿਆ ਖਿਡਾਰੀ ਹੈ। ਗੁਰਦੇਵ ਨੰਬਰ ਜੁੜ ਗਿਆ ਭਿੰਦੇ ਦੀ, ਗੁਰਦੇਵ ਨੰਬਰ ਜੋ ਗਿਆ ਇੱਧਰ ਭਿੰਦੇ ਦੀ ਕਬੱਡੀ, ਜੇ ਭਿੰਦਾ ਕਬੱਡੀ ਲੈ ਗਿਆ 500 ਭਿੰਦੇ ਨੂੰ ਦੇ ਦੇਣਾ। ਇਹ ਜਾਫੀ ਨੇ ਜੱਫਾ ਲਾ ਦਿੱਤਾ, ਜਾਫੀਆਂ ਨੂੰ ਦੇ 11000 11000 ਦਾ ਜੱਫਾ ਆਉਣਾ ਨੰਬਰ ਭਿੰਦੇ ਦਾ। ਮਾਝੇ ਦਾ ਮੈਚ ਵਧੀਆ ਲੱਗਦਾ ਤੇ ਤਾੜੀਆਂ ਮਾਰਦੇ ਹੋ ਜ਼ੋਰਦਾਰ। ਸੰਧੂ ਸਾਹਿਬ ਇੱਕ ਮਿੰਟ ਮਾਫੀ ਚਾਹੁੰਦੇ, ਤੇਜ ਪਾਲ ਨੇ ਕਬੱਡੀ ਪਾਉਣੀ ਆ। ਬਿੱਟੂ ਬਾਠ ਜੀ ਆਖਦੇ ਆ 1100 ਤੋਂ 2100 ਕੀਤਾ ਹੈ, ਹੁਣ 2100 ਤੋਂ ਜਿਹੜਾ ਮਰਜ਼ੀ ਜਾਫੀ ਟਪਿਆਲੇ ਦਾ ਜੱਫਾ ਲਾਵੇ 3100 ਦਿੱਤਾ ਜਾਣਾ, 3100 ਦਿੱਤਾ ਜਾਣਾ। ਬੰਟੀ ਹੋ ਸਾਹਮਣੇ ਮਹਿੰਦੀਆਂ ਮਾਰਿਆ ਆਖ ਕਾਲੀ ਨੂੰ, ਪਰ ਇੱਥੇ ਰੱਖ ਵੀ ਨੌਜਵਾਨ ਹੈ, ਇਹ ਪੁੱਠੀ ਦਾ ਮਾਹਿਰ ਹੈ। ਪਰ ਐਵਰੀ ਡੇ ਇਸ ਨਾਟ ਸੰਡੇ ਮਾਈ ਡੀਅਰ, ਹਰ ਦਿਨ ਐਤਵਾਰ ਨਹੀਂ ਹੁੰਦਾ। ਵਰਿੰਦਰ ਦੋ ਦੋ ਕਬੱਡੀਆਂ ਦਾ ਇਸ਼ਾਰਾ, ਸਾਡੇ ਭਰਾ ਸੰਦੇ ਕਬੂਤਰ ਨੇ ਕਰ ਦਿੱਤਾ ਹਰਜੀਤ। ਸੰਧੂ ਲਾਲ ਪੁਰੀਆ ਦੇ ਜਿੰਦਾ ਮੇਰੀ ਜਾਨ, ਵਿਹਲੇ ਵਾਲਾ ਆਇਆ ਪ੍ਰਗਟ ਕੱਤ ਕੇ। ਲਓ ਸਾਹਮਣੇ ਫਰੰਦੀ ਪੁਰੀਆ ਦਾ ਜੱਫਾ ਕਿਵੇਂ, 20000 ਦਾ, 1000 ਦਾ, ਭੇਜਿਆ 1000 ਪੈਦਾ ਕਰ ਦਈਏ ਹਰਮਨ। ਆਸਟ੍ਰੇਲੀਆ ਵਾਲੇ ਇੱਧਰ ਆ ਗਿਆ ਪਿੰਡੋ ਸਮਾਂ ਭਗਵਾਨ ਜੀ, ਨੰਬਰ ਕੀ ਦਾ? ਫਰੰਦੀ ਪੁਰੀਏ ਗੋਪੀ ਦਾ। ਰਵੀ ਸਿੰਘਾ ਪੁਰੀਆ ਵੱਲੋਂ 11000 ਦਾ ਜੱਫਾ ਜਿਹੜਾ ਲੱਗ ਚੁੱਕਿਆ। ਲਾਸਟ ਇੱਕ ਰੇਡ ਬਾਕੀ ਹੈ, 11000 ਜਿਹੜਾ ਗੋਪੀ ਤੱਕ ਆ ਗਿਆ ਜੀ, ਬਹੁਤ ਬਹੁਤ ਧੰਨਵਾਦ। ਲਾਸਟ ਇੱਕ ਕਬੱਡੀ ਬਾਕੀ, ਸੰਧੂ ਸਾਹਿਬ ਜੀ ਕਰੋ ਸੰਤੋਖ। ਕਬੱਡੀ ਬਾਕੀ ਹੈ ਕਿ ਫਰੰਦੀ ਪੁਰੀਆ ਇੱਕੋ ਤੇਰਾ ਲੱਖ ਵਰਗਾ, ਅੱਜ ਤੇਰਾ ਇੱਕੋ ਲੱਖ ਵਰਗਾ, ਜੁਗ ਜੁਗੋ ਜੀ ਓ ਸੋਹਣਿਆ, ਜੀ ਓ ਸੋਹਣਿਆ। ਲਓ ਤਿਆਰ ਫਰੰਦੀ ਪੁਰੀਆ, ਓ ਫੇਰ ਓ ਫੇਰ ਫੇਰ।
ਲਓ ਜੱਫਾ ਫੇਰ ਕਿੰਨੇ ਲਾ ਦਿੱਤਾ ਇਹਨੇ 500 ਬੋਲ ਦਾ ਗੁਰਦੇਵ ਨੇ ਕਬੱਡੀ ਪਾਉਣੀ ਆ ਬਿੱਟੂ ਬਾਟ ਕਹਿੰਦਾ ਜਿਹੜਾ ਮਰਜ਼ੀ ਜੱਫਾ ਲਾ ਦੇਵੇ 4100 ਦਿੱਤਾ ਜਾਣਾ ਹੈ 4100 ਦਿੱਤਾ ਜਾਣਾ ਜਿਹੜਾ ਗੁਰਦੇਵ ਨੂੰ ਜੱਫਾ ਲਾ ਦੇਵੇਗਾ ਇਹ ਟਪਿਆਲੇ ਦੀ ਟੀਮ ਦੇ ਜਾਫੀਆਂ ਦੇ ਲਈ ਨੇ ਆਹ ਦੇਖਾਂਗੇ ਦਿਲ ਰਾਣਾ ਕੋਸ਼ਿਸ਼ ਕਰਦਾ ਨੰਬਰ ਰੇਟਰ ਦਾ ਪੁਆਇੰਟ ਜਿਹੜਾ ਧਾਵੀ ਨੇ ਆਪਣੀ ਟੀਮ ਦੇ ਖਾਤੇ ਜੋੜ ਦਿੱਤਾ ਹਰਜੀਤ ਲਾਲਪੁਰੀਏ ਦਾ ਬਹੁਤ ਬਹੁਤ ਧੰਨਵਾਦ ਹੈ ਲਾਸਟ ਕੋਈ ਇੱਕ ਅੱਧੀ ਰੇਡ ਜਿਹੜੀ ਮੈਚ ਸਮਾਪਤ ਹਰਮਨ ਭਲੇ ਦੇ ਲਈ ਧੰਨਵਾਦ ਵੀਰੇ ਸਾਡੇ ਸਰਬ ਸੰਧੂ ਹੋਣੀ ਦਵਿੰਦਰ ਸਿੰਘ ਜੀ ਗੋਲੀ ਕਾਜੀ ਕੋਟ ਅਵਤਾਰ ਬਾਟ ਹੋਣੀ ਇੱਕ ਇੱਕ ਤੂਪ ਬਕਾ